ਜਿਹੜੇ ਨਸ਼ੇ ਕਰਨ ਦੇ ਦੋਸ਼ ਲਾ ਰਹੇ ਨੇ ਗੁਰਪਿੰਦਰ ਸਿੰਘ ਨੇ ਆਪ ਮੈਨੂੰ ਇੱਕ ਦੋ ਵਾਰੀ ਡਰੱਗਸ ਕਰਵਾਇਆ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਮੰਮੀ ਸ਼ਾਇਦ ਮੇਰੇ ਨਾਲ ਹੁੰਦੇ ਪਰ ਪਹਿਲਾਂ ਹੀ ਉਹ ਉਹਨਾਂ ਦੇ ਹੱਥ ਵਿੱਚ ਆ ਚੁੱਕੇ ਨੇ ਮੇਰੀ ਗੱਲ ਨਹੀਂ ਸੁਣਦੇ ਨਾ ਮੇਰਾ ਉਹਨਾਂ ਨਾਲ ਕੋਈ ਕੰਟੈਕਟ ਹੈਗਾ ਵਾ ਗੁਰਜਿੰਦਰ ਸਿੰਘ ਕੌਣ ਆ ਗੁਰਜਿੰਦਰ ਸਿੰਘ ਮੇਰੇ ਚਾਚੇ ਦਾ ਮੁੰਡਾ ਹੈ ਚਾਚਾ ਜੀ ਦਾ ਬੇਟਾ ਪਰ ਉਹਨਾਂ ਨੇ ਕੋਈ ਥਾਣੇ ਦੇ ਵਿੱਚ ਕੋਈ ਤੁਹਾਡੇ ਪ੍ਰਤੀ ਗਵਾਹੀ ਦਿੱਤੀ ਆ ਕਿ ਇਹਨਾਂ ਦੀ ਜਿਹੜੀ ਰਣਜੋਤ ਕੌਰ ਦਾ ਕਹਿਣਾ ਕਿ ਮੇਰੀ ਪੇਪਰ ਮੈਰਿਜ ਸੀ ਕੰਟਰੈਕਟ ਮੈਰਿਜ ਸੀ ਪਰ ਨਹੀਂ ਮੈਂ ਉਸ ਚੀਜ਼ ਦਾ ਗਵਾਹ ਮੇਰੀ ਮੈਰਿਜ 'ਚ ਵੀ ਗਵਾਹੀ ਪਈ ਸੀ ਇਹਨਾਂ ਦਾ ਪੱਕਾ ਵਿਆਹ ਹੋਇਆ ਸੀ ਇਹਦੇ ਬਾਰੇ ਕੀ ਕਹਿੰਦੇ ਹੋ ਸੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੀਏ ਕਿ ਤੁਸੀਂ ਇਹਨਾਂ ਨਾਲ ਮੈਰਿਜ ਕਰਵਾਓਗੇ ਬਿਲਕੁਲ ਜੀ ਬਿਲਕੁਲ ਤੁਹਾਡੇ ਕੋਲ ਹੀ ਰਹਿ ਰਹੇ ਨੇ ਮਤਲਬ ਤੁਸੀਂ ਇਹਨਾਂ ਨਾਲ ਮੈਰਿਜ ਕਰਵਾਉਣੀ ਆ ਹਾਂਜੀ ਇਹ ਮੇਰੇ ਇੱਕ ਗੱਲ ਕਹਿ ਰਹੇ ਨੇ ਵੀ ਹੁਣ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਫਰੈਂਡ ਦੇ ਤੌਰ ਤੇ ਮੈਂ ਇਹਨਾਂ ਵੀ ਕੇਅਰ ਕਰ ਰਿਹਾ ਇਹਨਾਂ ਦੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਉਦੇ ਮੈਂ ਤਰਲੋਚਨ ਸਿੰਘ 3 ਦਿਨ ਪਹਿਲਾਂ ਇੱਕ ਤੁਹਾਨੂੰ ਸਾਡੇ ਚੈਨਲ ਦੇ ਉੱਤੇ ਇੱਕ ਨਿਊਜ਼ ਦੇਖਣ ਨੂੰ ਮਿਲੀ ਜਿਸ ਦੇ ਵਿੱਚ ਇੱਕ ਉੱਤਮਜੀਤ ਸਿੰਘ ਲੜਕੇ ਨੇ ਦੋਸ਼ ਲਗਾਏ ਸੀ ਕਿ ਮੇਰੀ ਵਾਈਫ ਆ ਜਿਹੜੀ ਮੈਂ ਲਵ ਮੈਰਿਜ ਕਰਵਾਈ ਸੀ 2015 ਸਾਲ ਦੇ ਵਿੱਚ ਅਤੇ ਉਸ ਤੋਂ ਬਾਅਦ ਅਸੀਂ ਇਕੱਠੇ ਰਹੇ ਸਾਲ ਡੇਢ ਸਾਲ ਉਸ ਤੋਂ ਬਾਅਦ ਜਿਹੜੇ ਲੜਕੀ ਦੇ ਉਹਨਾਂ ਦਾ ਕਹਿਣਾ ਉੱਤਮਜੀਤ ਸਿੰਘ ਦਾ ਕਹਿਣਾ ਕਿ ਮੇਰੀ ਵਾਈਫ ਰਣਜੋਤ ਕੌਰ ਆ ਜੋ ਉਹਨਾਂ ਦੇ ਮਾਤਾ ਜੀ ਬਿਮਾਰ ਨੇ ਪੈਰਾਲਾਈਜ਼ ਨੇ ਮੰਜੇ 'ਤੇ ਪਏ ਨੇ ਉਹਨਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ ਕਿਉਂਕਿ ਜਿਹੜਾ ਉੱਤਮਜੀਤ ਸਿੰਘ ਦਾ ਕਹਿਣਾ ਕਿ ਮੇਰਾ ਜਿਹੜਾ ਮੇਰੀ ਵਾਈਫ ਦਾ ਭਰਾ ਵਾ ਉਹ ਬਾਹਰ ਆ ਅਮੈਰੀਕਾ ਦੇ ਵਿੱਚ ਆ ਅਤੇ ਅਸੀਂ ਆਪਦੀ ਸੱਸ ਦੇ ਦੇਖ ਰੇਖ ਵਾਸਤੇ ਮੈਂ ਆਪਣੀ ਵਾਈਫ ਨੂੰ ਉਹਨਾਂ ਦੇ ਘਰ ਭੇਜ ਦਿੱਤਾ ਉਹ ਕਦੇ 2 ਦਿਨ ਮੇਰੇ ਕੋਲ ਰਹਿੰਦੇ ਸੀ 3 ਦਿਨ ਆਪਣੀ ਮਾਤਾ ਦੀ ਦੇਖਭਾਲ ਵਾਸਤੇ ਜਾਂਦੇ ਸੀ ਸੋ ਉਹਨਾਂ ਦਾ ਜਿਹੜੇ ਉਹਨਾਂ ਨੇ 2-3 ਦੋਸ਼ ਲਾਏ ਸੀ ਇਹ ਲਾਏ ਸੀਗੇ ਕਿ ਮੇਰੀ ਪਤਨੀ ਆ ਜਿਹੜੀ ਉਹ ਇੱਕ ਲੜਕਾ ਸਤਵਿੰਦਰ ਸਿੰਘ ਸੱਤਾ ਤਲਵੰਡੀ ਕਲਾਂ ਤੋਂ ਉਹਨਾਂ ਦੇ ਨਾਲ ਨਜਾਇਜ਼ ਤੌਰ 'ਤੇ ਰਹਿ ਰਹੀ ਆ ਸਾਡਾ ਹਜੇ ਤਲਾਕ ਨਹੀਂ ਹੋਇਆ ਜਾਂ ਉਹ ਜਿਹੜੇ ਆ ਉਹ ਮੈਨੂੰ ਦੱਸ ਕੇ ਨਹੀਂ ਗਏ ਜਿਹਦੇ ਸੰਬੰਧ ਵਿੱਚ ਉਹਨਾਂ ਨੇ ਸੰਬੰਧਿਤ ਥਾਣੇ ਦੇ ਵਿੱਚ ਦਰਖਾਸਤ ਵੀ ਦਿੱਤੀ ਹੋਈ ਆ ਵੂਮੈਨ ਸੈੱਲ ਦੇ ਵਿੱਚ ਵੀ ਕੰਪਲੇਂਟ ਆ ਉਸ ਸੰਬੰਧ ਦੇ ਵਿੱਚ ਅੱਜ ਗੱਲ ਕਰਨ ਲਈ ਦੂਜਾ ਪੱਖ ਆ ਜਿਹੜਾ ਸਤਵਿੰਦਰ ਸਿੰਘ ਸੱਤਾ ਅਤੇ ਉਸ ਉੱਤਮਜੀਤ ਸਿੰਘ ਦੀ ਪਤਨੀ ਆ ਜਿਹੜੀ ਰਣਜੋਤ ਕੌਰ ਉਹ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ ਉਹਨਾਂ ਦਾ ਪੱਖ ਜਾਣਨ ਲਈ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਰ ਜਿੱਥੇ ਤੱਕ ਸਾਨੂੰ 3 ਦਿਨ ਪਹਿਲਾਂ ਇੱਕ ਉੱਤਮਜੀਤ ਸਿੰਘ ਲੜਕਾ ਜਿਹਦਾ ਇਹ ਦੋਸ਼ ਸੀ ਕਿ ਮੈਂ ਸੰਬੰਧਿਤ ਥਾਣੇ ਦੇ ਵਿੱਚ ਕੰਪਲੇਂਟ ਵੀ ਕੀਤੀ ਆ ਕਿ ਮੇਰੀ ਪਤਨੀ ਆ ਜਿਹੜੀ ਰਣਜੋਤ ਕੌਰ 2015 ਦੇ ਵਿੱਚ ਅਸੀਂ ਪੇਪਰ ਲਵ ਮੈਰਿਜ ਕਰਵਾਈ ਉਸ ਤੋਂ ਬਾਅਦ ਅਸੀਂ ਘਰ ਛੱਡ ਕੇ ਕਿਉਂਕਿ ਲਵ ਮੈਰਿਜ ਕਰਵਾਈ ਸੀ ਘਰ ਦੇ ਸਾਡੇ ਸਹਿਮਤ ਨਹੀਂ ਸੀ ਅਸੀਂ ਬਾਹਰ ਰਹਿਣ ਲੱਗੇ ਅਲੱਗ ਅਲੱਗ ਜਗ੍ਹਾ 'ਤੇ ਅਸੀਂ ਕਿਰਾਇਆਂ 'ਤੇ ਰਹੇ ਉਸ ਤੋਂ ਬਾਅਦ ਹੌਲੀ 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 ਲੜਕੀ ਦੇ ਪਰਿਵਾਰ ਆ ਜਿਹੜਾ ਉਹ ਸਾਡੇ ਨਾਲ ਸਹਿਮਤ ਹੋ ਗਿਆ ਮੈਂ ਉਸ ਤੋਂ ਬਾਅਦ ਮੇਰੀ ਪਤਨੀ ਰਣਜੋਤ ਕੌਰ ਨੂੰ ਉਹਨਾਂ ਦੇ ਘਰ ਆਪਦੀ ਮਾਤਾ ਦੀ ਦੇਖ ਰੇਖ ਵਾਸਤੇ ਭੇਜਦਾ ਸੀ ਸਾਡੇ ਘਰ ਨੇੜੇ ਨੇੜੇ ਸੀ ਕਦੇ ਉਹ 2 ਦਿਨ ਇੱਥੇ ਰਹਿੰਦੇ ਸੀ 3 ਦਿਨ ਉੱਧਰ ਰਹਿੰਦੇ ਸੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਕਿ ਜਿਹੜਾ ਤੁਹਾਡੇ 'ਤੇ ਉਹਨਾਂ ਨੇ ਦੋਸ਼ ਲਾਇਆ ਕਿ ਮੇਰੀ ਪਤਨੀ ਨੂੰ ਨਜਾਇਜ਼ ਤੌਰ 'ਤੇ ਰੱਖੀ ਬੈਠਾ ਸਤਵਿੰਦਰ ਸਿੰਘ ਸੱਤਾ ਹਾਂਜੀ ਇਹਦੇ ਬਾਰੇ ਇੱਕ ਮੈਂ ਜਾਣਕਾਰੀ ਦੇਣੀ ਚਾਹੁੰਦਾ ਠੀਕ ਆ ਜੀ ਇਹ ਜਦੋਂ ਵੀ ਕੋਈ ਸਾਡੀ ਗੱਲਬਾਤ ਹੋਈ ਸੀਗੀ ਅਤੇ ਅਸੀਂ ਇਹ ਥਾਣੇ ਦੇ ਵਿੱਚ ਇਹਨਾਂ ਨੇ ਰਿਪੋਰਟ ਕੀਤੀ ਸੀ ਮੇਰੇ 'ਤੇ ਠੀਕ ਆ ਜੀ ਕੋਈ ਸਾਡਾ ਇਹਦੇ ਘਰ ਵਾਲੇ ਨਾਲ ਇਹਨਾਂ ਦੇ ਜਿਹੜਾ ਨਾ ਸਿਸਟਰ ਆ ਇਹਨਾਂ ਦੀ ਉਹਦੇ ਘਰ ਵਾਲੇ ਨਾਲ ਮੇਰੀ ਕੁਝ ਉੱਦਾਂ ਕੋਈ ਬਹਿਸ ਵਗੈਰਾ ਹੋ ਗਿਆ ਸੀਗਾ ਜੀ ਉਹਦੇ ਕਰਕੇ ਅਸੀਂ ਘਰ ਗਏ ਸੀ ਉਹਨਾਂ ਨੇ ਮੇਰੇ 'ਤੇ ਰਿਪੋਰਟ ਕੀਤੀ ਸੀ ਨਾ ਕਿ ਘਰ ਦੇ ਵਿੱਚੋਂ ਉਹਨਾਂ ਨੂੰ ਜਦੋਂ ਪਤਾ ਲੱਗਿਆ ਸੀ ਵੀ ਸਾਡੀ ਕੁਝ ਗੱਲ ਹੋ ਰਹੀ ਆ ਠੀਕ ਆ ਜੀ ਕੋਈ ਇਹਨਾਂ ਦੇ ਘਰ ਇਹਨਾਂ ਦੇ ਕੋਈ ਲੜਾਈ ਝਗੜਾ ਹੋਇਆ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਅਤੇ ਇਹਨਾਂ ਨੂੰ ਮਤਲਬ ਉਹਨਾਂ ਨੇ ਘਰੋਂ ਲਿਆ ਕੇ ਕਿਸੇ ਆਪਣੀ ਰਿਸ਼ਤੇਦਾਰੀ 'ਚ ਛੱਡਤਾ ਸੀ ਜੀ ਠੀਕ ਆ ਜੀ ਜਿੱਥੋਂ ਉਹਨਾਂ ਨੇ ਗੱਲ ਅਸਲ ਮੈਂ ਗੱਲ ਹੋਈ ਜਦੋਂ ਮੈਨੂੰ ਪਤਾ ਲੱਗਿਆ ਵੀ ਆਹ ਚੀਜ਼ ਇੱਦਾਂ ਵਾ ਵੀ ਇਹਨਾਂ ਨੂੰ ਚਲੋ ਕੁੱਟਮਾਰ ਕਰਕੇ ਕਿਸੇ ਦੇ ਰਿਸ਼ਤੇਦਾਰੀ 'ਚ ਛੱਡ ਆਉਂਦਾ ਵਾ ਅਤੇ ਇਹਨਾਂ ਦਾ ਫੋਨ ਵਗੈਰਾ ਵੀ ਖੋਹ ਲਿਆਂਦਾ ਉੱਥੋਂ ਕੁੱਟਮਾਰ ਦਾ ਕਾਰਨ ਕੀ ਸੀ ਸਰ
सर वो जिदा इन्हों के घर कोई प्रॉब्लम जिदा आपस में ही कोई लड़े थे है ना जी ज मैंने जो पता लगे भी उत्थे रहे चलो गल हुई भी ये उत्थे गए इन्होंने कोई भी गल ला लो गलबात हुई होनी घर तो इन्होंने ये चीज़ की भी उतो उस तो बाद इन्होंने जो रिपोर्ट दी मेरे ते मैं सानू थाने बुलाया गया जो थाने बुलाया गया तो उत्थे ये गल हुई भी जो इन्होंने सारे रिश्तेदारों तो जो इन्होंने रिश्तेदारों तो इन्होंने भी बुलाया गया उत्थे सारी गलबात हुई भी मैं इन्हों ये कहा भी जो मैं ना पेश होया इन्होंने रिपोर्ट दी मैंने बुलाया भी तू इदा करके आ गलबात मैं क्या जी इन्होंने पता नहीं वो कुड़ी कितने लुकोता कुटमार की कुछ भी किया जो है ना चलो भी वो कुड़ी थाने लिया जाए जी तो इन्हों थाने लैके आए इन्हों भूआ जी दे लड़के वो लैके आए उन्होंने ठीक है जी तो इन्हों थाने लिया के जो भी जिंदी साड़ी गलबात हुई जी कह रहा भी ये सानू इदा लैके गया ज इन्हें दस्या नहीं है ठीक है जी पहली गल तो एक गल ये भी करनी चाहना क्लीयर कि पांच साल के उन्होंने नहीं रह रहे ठीक है जी जी गल कह रहे भी साढ़े घर है जी अज तक ये वो इंसान के घर नहीं गए ये आप खुद दसन गए जी ठीक है जी मैं थोड़ी गल बिच टोक रहा कि जोड़ा उत्तमजीत सिंह आ उस लड़के थोड़ी मैरिज हुई सी ਮੇਰੀ ਉਹਦੇ ਨਾਲ ਕੰਟਰੈਕਟ ਮੈਰਿਜ ਹੋਈ ਸੀ ਜੀ ਸਿਰਫ ਬਾਹਰ ਜਾਣ ਤੱਕ ਮੈਨੂੰ ਮਤਲਬ ਸੀਗਾ ਜੀ ਤੇ ਹੋਰ ਕੋਈ ਮੇਰਾ ਮੋਟਿਵ ਨਹੀਂ ਸੀਗਾ ਬਾਹਰ ਜਾ ਕੇ ਵੀ ਅਸੀਂ ਇਕੱਠੇ ਨਹੀਂ ਰਹੇ ਹੈਗੇ ਤੇ ਬਾਹਰੋਂ ਇੱਕ ਮਹੀਨਾ ਦਾ ਵੀਜ਼ਾ ਸੀਗਾ ਇੱਕ ਮਹੀਨੇ ਦੇ ਬਾਅਦ ਸਾਨੂੰ ਵਾਪਸ ਆਉਣਾ ਸੀ ਪਰ ਉਤਮਜੀਤ ਨੇ ਮੇਰਾ ਪਾਸਪੋਰਟ ਰੱਖ ਲਿਆ ਸੀ ਜਿਹਦੇ ਕਰਕੇ ਮੈਂ ਵਾਪਸ ਨਹੀਂ ਆ ਸਕੀ ਪਰ ਕਿਸੇ ਏਜੰਟ ਦੇ ਥਰੂ ਸ਼ਿਕਾਇਤ ਦੇਣ ਤੇ ਸਾਨੂੰ ਉੱਥੋਂ ਡਿਪੋਰਟ ਕੀਤਾ ਗਿਆ ਜੀ ਡਿਪੋਰਟ ਹੋਣ ਤੋਂ ਬਾਅਦ ਮੈਂ ਆਪਣੇ ਘਰੇ ਵਾਪਸ ਆ ਗਈ ਜੀ ਘਰੇ ਵਾਪਸ ਆਉਣ ਤੋਂ ਬਾਅਦ ਵੀ ਮੈਨੂੰ ਆਪਣੇ ਘਰੇ ਮਤਲਬ ਪੇਕੇ ਘਰੇ ਜਾਂ ਉਤਮਜੀਤ ਸਿੰਘ ਦੇ ਘਰੇ ਮੈਂ ਪੇਕੇ ਘਰੇ ਵਾਪਸ ਆ ਗਈ ਉਤਮਜੀਤ ਸਿੰਘ ਦਾ ਘਰ ਨਾ ਤਾਂ ਮੈਂ ਪਹਿਲਾਂ ਦੇਖਿਆ ਸੀ ਬਾਅਦ ਵਿੱਚ ਇੱਕ ਵਾਰ ਮੈਂ ਜ਼ਰੂਰ ਦੇਖਿਆ ਸੀਗਾ ਜਦੋਂ ਕਿ ਸਾਡਾ ਏਟੀਐਮ ਦਾ ਕਾਰਡ ਏਟੀਐਮ ਕਾਰਡ ਦਾ ਕੋਈ ਮਸਲਾ ਸੀਗਾ ਉਸ ਚੀਜ਼ ਵਾਸਤੇ ਮੈਂ ਉਸ ਨੂੰ ਦੇਖਿਆ ਗਿਆ ਸੀਗਾ ਜੀ ਮੈਂ ਹੋਰ ਮੈਂ ਉਹਦੇ ਘਰੇ ਜਿਵੇਂ ਕਿ ਉਹਨੇ ਦੋਸ਼ ਲਾਇਆ ਵਾ ਕਿ ਮੈਂ 3 ਦਿਨ ਆਪਣੇ ਪੇਕੇ ਘਰੇ ਜਾਂ 2 ਦਿਨ ਆਪਣੇ ਉਤਮਜੀਤ ਸਿੰਘ ਜੀ ਦੇ ਘਰੇ ਰਹਿੰਦੀ ਸੀ ਇਹੋ ਜਿਹਾ ਕੋਈ ਵੀ ਗੱਲਬਾਤ ਨਹੀਂ ਸੀਗੀ ਜੀ ਮੈਂ ਆਪਣੇ ਇਹ ਆਪਣੇ ਸਤਵਿੰਦਰ ਸਿੰਘ ਸੱਤਾ ਜੀ ਤੁਹਾਡੇ ਸੰਪਰਕ 'ਚ ਕਿਵੇਂ ਆਏ ਸਤਵਿੰਦਰ ਸਿੰਘ ਸੱਤਾ ਮੇਰੇ ਸੰਪਰਕ ਦੇ ਵਿੱਚ ਜਦੋਂ ਮੇਰੀ ਭੈਣ ਦੀ ਇੰਗੇਜਮੈਂਟ ਹੋਈ ਸੀਗੀ ਜੀ ਉੱਥੋਂ ਹੀ ਮੇਰੇ ਨਾਲ ਇਹਨਾਂ ਦਾ ਕੰਟੈਕਟ ਹੋਇਆ ਕਿਹੜੀ ਜਗ੍ਹਾ ਨਾਗਪਾਲ ਏਜੰਸੀ ਦੇ ਵਿੱਚ ਉਹਨਾਂ ਦੀ ਇੰਗੇਜਮੈਂਟ ਕੀਤੀ ਸੀਗੀ ਜੀ ਤੇ ਉਦੋਂ ਮੈਂ ਇਹਨਾਂ ਨੂੰ ਜਾਣਨ ਲੱਗੀ ਜੀ ਤੇ ਪਿਛਲੇ 1.5 ਸਾਲ ਤੋਂ ਮੇਰਾ ਇਹਨਾਂ ਨਾਲ ਕੰਟੈਕਟ ਹੋਇਆ ਜੀ ਜਿਹੜੇ ਉੱਤਮਜੀਤ ਸਿੰਘ ਦਾ ਇਹ ਕਹਿਣਾ ਕਿ ਮੇਰੇ ਨਾਲ ਪੇਪਰ ਮੈ ਲਵ ਮੈਰਿਜ ਹੋਈ ਅਸੀਂ ਕੋਰਟ ਦੇ ਵਿੱਚੋਂ ਮੈਰਿਜ ਰਜਿਸਟਰਡ ਕਰਵਾਈ ਬਕਾਇਦਾ ਮੇਰੇ ਨਾਲ ਉਹ ਘਰ ਰਹਿੰਦੇ ਰਹੇ ਮੇਰੇ ਨਾਲ ਮਲੇਸ਼ੀਆ ਵੀ ਘੁੰਮਣ ਗਏ 6 ਮਹੀਨੇ ਮਨਾਲੀ ਵੀ ਘੁੰਮਣ ਗਏ ਉਹਦੀਆਂ ਜਿਹੜੀਆਂ ਪਿਕਸ ਨੇ ਉਹਨਾਂ ਨੇ ਸਾਨੂੰ ਦਿੱਤੀਆਂ ਨੇ ਉਹਨਾਂ ਨੇ ਉੱਦਣ ਵੀ ਦਿਖਾਈਆਂ ਸੀਗੀਆਂ ਅੱਜ ਵੀ ਸਾਡੇ ਕੋਲ ਅਵੇਲੇਬਲ ਨੇ ਉਹਨਾਂ ਨੇ ਜਿਹੜੀਆਂ ਭੇਜੀਆਂ ਨੇ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਇਹਨਾਂ ਨਾਲ ਕੰਟਰੈਕਟ ਮੈਰਿਜ ਹੋਈ ਸੀ ਹਾਂਜੀ ਸਤਵਿੰਦਰ ਉਹਦੇ ਨਾਲ ਉੱਤਮਜੀਤ ਸਿੰਘ ਨਾਲ ਉੱਤਮਜੀਤ ਸਿੰਘ ਨਾਲ ਕੰਟਰੈਕਟ ਮੈਰਿਜ ਹੋਈ ਤੇ ਤੁਸੀਂ ਜਿਹੜਾ ਉਹਨਾਂ ਨੇ ਸਾਨੂੰ ਕਾਗਜ਼ ਦਿਖਾਇਆ ਹਾਂਜੀ ਉਹ ਤੁਸੀਂ ਕੋਰਟ ਦਾ ਮੰਨਦੇ ਹੋ ਵੀ ਕੋਰਟ ਦਾ ਪ੍ਰੋਟੈਕਸ਼ਨ ਆਰਡਰ ਨਹੀਂ ਉਹ ਸਿਰਫ ਇੱਕ ਏਜੰਟ ਦੇ ਥਰੂ ਹੋਇਆ ਸੀਗਾ ਏਜੰਟ ਨੇ ਉਹ ਕਾਗਜ਼ ਰੈਡੀ ਕਰਵਾ ਕੇ ਦਿੱਤਾ ਸੀਗਾ ਜੀ ਉਹਨੇ ਕਿਹਾ ਸੀ ਬਾਹਰ ਜਾਣ ਵਾਸਤੇ ਜੇ ਤੁਸੀਂ ਕਿਸੇ ਵੱਡੀ ਕੰਟਰੀ ਦੇ ਵਿੱਚ ਜਾਣਾ ਵਾ ਤਾਂ ਤੁਹਾਨੂੰ ਇਹ ਛੋਟਾ ਕਾਗਜ਼ ਵਾ ਜਿਹੜਾ ਰੈਡੀ ਕਰਨਾ ਪਊਗਾ ਉਹ ਪ੍ਰੋਟੈਕਸ਼ਨ ਆਰਡਰ ਉਹ ਪ੍ਰੋਟੈਕਸ਼ਨ ਆਰਡਰ ਸੀਗਾ ਪਰ ਉਹ ਰਜਿਸਟਰ ਨਹੀਂ ਹੈਗਾ ਜੀ ਨੰਬਰ 2 ਜਿਹੜੀ ਤੁਸੀਂ ਪ੍ਰੋਟੈਕਸ਼ਨ ਮੈਰਿਜ ਦੀ ਗੱਲ ਕੰਟਰੈਕਟ ਮੈਰਿਜ ਦੀ ਗੱਲ ਕਰਦੇ ਹੋ ਹਾਂਜੀ ਇਸ ਗੱਲੋਂ ਤੁਹਾਨੂੰ ਲੱਗਦਾ ਨਹੀਂ ਅਸੀਂ ਵੀ ਇਸ ਚੀਜ਼ ਤੋਂ ਜਾਣੂ ਹਾਂ ਕਿ ਜਿਹੜੀ ਪ੍ਰੋਟੈਕਸ਼ਨ ਲੈਂਦਾ ਕੋਰਟ ਤੋਂ ਕੋਈ ਵੀ ਉਹ ਜੇ ਉਸ ਪਰਿਵਾਰ ਤੋਂ ਉਹਨਾਂ ਲੜਕਾ ਜਾਂ ਲੜਕੀ ਨੂੰ ਖਤਰਾ ਹੁੰਦਾ ਹਾਂਜੀ ਕੋਰਟ ਤੋਂ ਪ੍ਰੋਟੈਕਸ਼ਨ ਤਾਂ ਮੰਗੀ ਜਾਂਦੀ ਆ ਜੇ ਤੁਹਾਡੀ ਕੰਟਰੈਕਟ ਮੈਰਿਜ ਸੀ ਫਿਰ ਤਾਂ ਤੁਹਾਨੂੰ ਰਿਸਕ ਨਹੀਂ ਸੀ ਕੋਈ ਖਤਰਾ ਨਹੀਂ ਫਿਰ ਤੁਸੀਂ ਕਿਉਂ ਪ੍ਰੋਟੈਕਸ਼ਨ ਮੈਰਿਜ ਲਈ ਦੇਖੋ ਪੈਸੇ ਮੇਰੇ ਸੀਗੇ ਮੇਰੇ ਘਰ ਦੇ ਸਿਰਫ ਮੈਨੂੰ ਬਾਹਰ ਭੇਜਣ ਤੱਕ ਸਹਿਮਤ ਸੀਗੇ ਪਰ ਬਾਹਰ ਜਾਣ ਦਾ ਇੱਕ ਜ਼ਰੀਆ ਜਿਹੜਾ ਸੀਗਾ ਉਹ ਮੈਂ ਆਪ ਬਣਾਇਆ ਸੀਗਾ ਇਸ ਕਰਕੇ ਮੈਨੂੰ ਆਪਣੇ ਘਰਦਿਆਂ ਤੋਂ ਬਰਖਲਾਫ ਹੋ ਕੇ ਕੰਟਰੈਕਟ ਮੈਰਿਜ ਕਰਕੇ ਉਹਦੇ ਨਾਲ ਬਾਹਰ ਜਾਣਾ ਮਤਲਬ ਉਹਨਾਂ ਦੀ ਜਿਹੜੀ ਤੁਸੀਂ ਕੰਟਰੈਕਟ ਮੈਰਿਜ ਉਹਨਾਂ ਨਾਲ ਕੀਤੀ ਉਹਦੇ ਵਿੱਚ ਤੁਹਾਡੇ ਘਰ ਵਾਲੇ ਇਨਵੋਲਵ ਨਹੀਂ ਸੀ ਸਹਿਮਤ ਨਹੀਂ ਸੀ ਨਹੀਂ ਸੀ ਉਹਨਾਂ ਨੂੰ ਇਸ ਬਾਰੇ ਨਹੀਂ ਪਤਾ ਸੀਗਾ ਜੀ ਤੇ ਜਿਹੜਾ ਉੱਤਮਜੀਤ ਸਿੰਘ ਆ ਉਹ ਤੁਹਾਡੇ ਕੰਟੈਕਟ 'ਚ ਕਿਵੇਂ ਆਇਆ ਜੀ ਮੈਂ ਪੀਡੀਯੂ ਦੇ ਵਿੱਚ ਬੀਐਸਸੀ ਆਈਟੀ ਕਰਦੀ ਸੀਗੀ ਜੀ ਉੱਥੇ ਹੀ ਨੀਚਲੀ ਫਲੋਰ ਦੇ ਵਿੱਚ ਇਹ ਆਈਲੈਟਸ ਕਰਦਾ ਸੀਗਾ ਉਦੋਂ ਮੇਰੇ ਕੰਟੈਕਟ ਵਿੱਚ ਆਇਆ ਸੀਗਾ ਤੇ ਕੁਝ ਮੇਰੇ ਚਾਚੇ ਦੇ ਮੁੰਡੇ ਦੇ ਜਾਣ ਪਛਾਣ ਵਿੱਚ ਸੀਗਾ ਜੀ ਕਿਉਂਕਿ ਉਹ ਵੀ ਉੱਥੇ ਹੀ ਪੜਦਾ ਸੀਗਾ ਜਿਹੜਾ ਤੁਸੀਂ ਹੁਣ ਸਤਵਿੰਦਰ ਸਿੰਘ ਸੱਤੇ ਨਾਲ ਮੈਰਿਜ ਕਰਵਾ ਲਈ ਹੈ ਨਹੀਂ ਜੀ ਅੱਛਾ ਤੁਸੀਂ ਵੈਸੇ ਅਜੇ ਰਹਿ ਰਹੇ ਹੋ ਲਿਵਿੰਗ ਵਿੱਚ ਰਹਿ ਰਹੇ ਹਾਂ ਰਹਿ ਰਹੇ ਹੋ ਤੁਹਾਡੇ ਖਿਲਾਫ ਜਿਹੜੀ ਉਹਨਾਂ ਨੇ ਉੱਤਮਜੀਤ ਸਿੰਘ ਤੁਹਾਡੇ ਹਸਬੰਡ ਨੇ
ਕੰਪਲੇਂਟ ਕੀਤੀ ਆ ਵੂਮੈਨ ਸੈੱਲ ਦੇ ਵਿੱਚ ਜਾਂ ਥਾਣੇ ਦੇ ਵਿੱਚ ਉਹਦੇ ਸੰਬੰਧ ਤੁਸੀਂ ਕੀ ਕਹਿੰਦੇ ਮੇਰਾ ਹਸਬੰਡ ਤਾਂ ਉਹਨੂੰ ਤਾਂ ਕਿਹਾ ਜਾਵੇ ਨਾ ਜੇ ਉਹਨੇ ਕੋਈ ਹਸਬੰਡ ਵਾਲਾ ਕਿਰਾਏਦਾਰ ਨਿਭਾਇਆ ਹੋਵੇ ਜੀ ਉਹਨੇ ਤਾਂ ਇਦਾਂ ਦਾ ਕੁਛ ਵੀ ਨਹੀਂ ਕੀਤਾ ਪਿਛਲੇ 5 ਸਾਲਾਂ ਤੋਂ ਉਹਨੇ ਮੇਰੇ ਲਈ ਕੁਛ ਵੀ ਨਹੀਂ ਕੀਤਾ ਹੈਗਾ ਨਾ ਉਹਦੇ ਕੋਲ ਕੋਈ ਫੋਟੋ ਆ ਨਾ ਕੋਈ ਪ੍ਰੂਫ ਆ ਜੀ ਕਿ ਮੈਂ ਪਿਛਲੇ 5 ਸਾਲਾਂ ਤੋਂ ਉਹਦੇ ਕੰਟੈਕਟ ਵਿੱਚ ਸੀਗੀ ਜਾਂ ਨਹੀਂ ਸੀਗੀ ਸਿਵਾਏ ਸਿਰਫ ਬੈਂਕ ਟ੍ਰਾਂਜੈਕਸ਼ਨਾਂ ਤੋਂ ਜੀ ਕੋਈ ਵਟਸਐਪ ਚੈਟ ਨਹੀਂ ਜਿਹੜੀਆਂ ਸਾਨੂੰ ਉਹਨਾਂ ਨੇ ਤਾਂ ਸਾਨੂੰ ਫੋਟੋਆਂ ਭੇਜੀਆਂ ਤੁਹਾਨੂੰ ਵੀ ਕੱਲ ਅਸੀਂ ਦਿਖਾਈਆਂ ਉਹਦੇ ਸੰਬੰਧ ਦੇ ਵਿੱਚ ਤੁਹਾਨੂੰ ਕੀ ਲੱਗਦਾ ਬਾਹਰ ਜਾਣ ਤੋਂ ਪਹਿਲਾਂ ਦੀਆਂ ਨੇ ਜੀ ਬਾਹਰ ਜਾਣ ਤੋਂ ਬਾਅਦ ਦੀਆਂ ਤਾਂ ਪਿਛਲੇ 6 ਸਾਲਾਂ ਤੋਂ ਤਾਂ ਕੋਈ ਫੋਟੋ ਹੀ ਨਹੀਂ ਜੀ 5 ਸਾਲਾਂ ਤੋਂ ਕੋਈ ਫੋਟੋ ਦੇਖੀ ਤੁਸੀਂ ਉਹਨਾਂ ਨੇ ਸਾਨੂੰ ਜਿਹੜੀਆਂ ਫੋਟੋਆਂ ਦਿੱਤੀਆਂ ਉਹ ਇੱਕ ਤਾਂ ਤੁਹਾਡੇ ਮੈਰਿਜ ਦੀਆਂ ਨੇ ਹਾਂਜੀ ਜਾਂ ਇੱਕ ਤੁਸੀਂ ਮਨਾਲੀ ਘੁੰਮਣ ਗਏ ਹੋ ਉੱਥੇ ਦੀਆਂ ਨੇ ਹੈਗੀਆਂ ਉਹ ਸਰਹੰਦ ਦੀਆਂ ਫੋਟੋਆਂ ਨੇ ਅੱਛਾ ਸਰਹੰਦ ਦੀਆਂ ਨੇ ਮਤਲਬ ਤੁਸੀਂ ਸਰਹੰਦ ਵੀ ਉਹਨਾਂ ਨਾਲ ਗਏ ਸੀ ਸਰਹੰਦ ਮੈਂ ਆਪਣੇ ਕੰਮ ਲਈ ਗਈ ਸੀ ਆਪਣੀ ਦੋਸਤ ਨਾਲ ਗਈ ਸੀ ਉਦੋਂ ਉਹ ਸਿਰਫ ਬੱਸ ਦੇ ਵਿੱਚ ਮੁੰਡਾ ਗਿਆ ਸੀਗਾ ਉਹ ਸ਼ਾਇਦ ਮੈਰਿਜ ਤੋਂ ਵੀ ਪਹਿਲਾਂ ਦੀਆਂ ਹੋਣਗੀਆਂ ਓਕੇ ਠੀਕ ਹੈ ਤੁਹਾਡੇ ਨਾਲ ਖੜਿਆਂ ਦੀਆਂ ਫੋਟੋਆਂ ਮਤਲਬ ਉਹ ਖੜਿਆਂ ਦੀਆਂ ਤੁਹਾਡੇ ਤੁਸੀਂ ਇਕੱਠੇ ਦੋਨੇ ਸੈਲਫੀ ਲੈ ਰਹੇ ਹੋ ਕਿਸੇ ਵੀ ਫਰੈਂਡ ਦੇ ਨਾਲ ਫੋਟੋ ਕਰਵਾ ਸਕਦੇ ਆ ਜੀ ਚਲੋ ਇੱਥੇ ਤੁਸੀਂ ਕਹਿੰਦੇ ਹੋ ਵੀ ਫਰੈਂਡ ਵਾਈਫ ਹੀ ਫੋਟੋ ਕਰਵਾਉਣਗੇ ਓਕੇ ਪਰ ਉਹ ਜਿਹੜਾ ਉਹਨਾਂ ਨੇ ਡਾਕੂਮੈਂਟ ਦਿਖਾਏ ਸੀ ਉਹਦੇ ਮੁਤਾਬਕ ਤਾਂ ਇਹੀ ਸੀ ਨਾ ਤੁਹਾਡੇ ਪਰਿਵਾਰ ਦਾ ਤੁਹਾਡੇ ਦਾ ਹੁਣ ਕੀ ਪੱਖ ਆ ਤੁਹਾਡੇ ਨਾਲ ਨੇ ਜਾਂ ਉਹ ਲੜਕੇ ਦੇ ਨਾਲ ਉਸ ਉੱਤਮਜੀਤ ਸਿੰਘ ਦੇ ਨਾਲ ਨੇ ਮੇਰੀ ਛੋਟੀ ਭੈਣ ਜਿਹੜੀ ਹੈਗੀ ਆ ਗੁਰਜੀਤ ਕੌਰ ਤੇ ਮੇਰਾ ਜੀਜਾ ਜਿਹੜਾ ਗੁਰਪਿੰਦਰ ਸਿੰਘ ਵਾ ਜੀ ਮੇਰੇ ਮੰਮੀ ਸ਼ਾਇਦ ਮੇਰੇ ਨਾਲ ਹੁੰਦੇ ਪਰ ਪਹਿਲਾਂ ਹੀ ਉਹ ਉਹਨਾਂ ਦੇ ਹੱਥ ਵਿੱਚ ਆ ਚੁੱਕੇ ਨੇ ਜੀ ਮੇਰੀ ਗੱਲ ਨਹੀਂ ਸੁਣਦੇ ਨਾ ਮੇਰਾ ਉਹਨਾਂ ਨਾਲ ਕੋਈ ਕੰਟੈਕਟ ਹੈਗਾ ਵਾ ਜੀ ਤੇ ਮੇਰੇ ਭੈਣ ਤੇ ਜਿਹੜੇ ਮੇਰੇ ਜੀਜਾ ਜੀ ਨੇ ਉਹਨਾਂ ਨੇ ਸਾਰਾ ਕੁਝ ਮੇਰੀ ਪ੍ਰਾਪਰਟੀ ਪਿੱਛੇ ਲਾ ਲਓ ਜਾਂ ਫਿਰ ਮੇਰੇ ਕੰਮ ਘਰ ਪਿੱਛੇ ਲਾ ਲਓ ਹੈਨਾ ਉਹਨਾਂ ਨੇ ਮੈਨੂੰ ਪਹਿਲਾਂ ਹੀ ਘਰ ਤੋਂ ਦੂਰ ਕਰਨਾ ਚਾਹਿਆ ਸੀਗਾ ਜੀ ਤੇ ਮੈਂ ਇਹ ਪ੍ਰੂਫ ਕਰ ਸਕਦੀ ਆ ਜਦੋਂ ਦੀ ਉਹਨਾਂ ਦੀ ਇੰਗੇਜਮੈਂਟ ਹੋਈ ਆ 2 ਵਾਰ ਉਹ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਚੁੱਕੇ ਨੇ ਕਾਰਨ ਜੀ ਸਿਰਫ ਇੱਕ ਪ੍ਰਾਪਰਟੀ ਕਾਰਨ ਕਿ ਬਈ ਜਾਂ ਫਿਰ ਮੈਂ ਉਹਨਾਂ ਦੇ ਰਸਤੇ ਦਾ ਰੋੜਾ ਉਹਨਾਂ ਨੂੰ ਲੱਗਦੀ ਹੋਵਾਂ ਕਿ ਬਈ ਇਹਨੂੰ ਇਸ ਘਰ ਵਿੱਚੋਂ ਕੱਢਿਆ ਜਾਵੇ ਜਾਂ ਮਾਰੇ ਜਾਵੇ ਤੁਹਾਡੀ ਸਿਸਟਰ ਦੀ ਮੈਰਿਜ ਨਹੀਂ ਹੋਈ ਅਜੇ ਹੋ ਗਈ ਹੋਈ ਆ ਜੀ ਮੈਰਿਜ ਹੋ ਗਈ ਆ ਹਾਂਜੀ ਤੁਹਾਡੇ ਨਾਲ ਤੇ ਕਿੰਨੀ ਪ੍ਰਾਪਰਟੀ ਆ ਇਹ ਮੈਂ ਦੱਸਣਾ ਜ਼ਰੂਰੀ ਨਹੀਂ ਸਮਝਦੀ ਹਾਂ ਉਹ ਕਲੀਅਰ ਨਹੀਂ ਹੈ ਕੋਈ ਨਾ ਨਹੀਂ ਚਲੋ ਤੁਸੀਂ 2 ਸਿਸਟਰ ਹੋ ਇੱਕ ਬ੍ਰਦਰ ਆ ਚਲੋ ਜੋ ਵੀ ਤੁਹਾਡੀ ਜ਼ਮੀਨ ਹੈ ਉਹ ਤੁਹਾਡੇ ਨਾਲ ਤੇ ਹੈਗੀ ਆ ਹਾਂ ਉਹ ਹੈਗੀ ਆ ਕਲੀਅਰ ਪਰ ਉਹ ਡੈਡੀ ਦੇ ਮਰਨ ਡੈਡੀ ਦੇ ਡੈਥ ਤੋਂ ਬਾਅਦ ਜਿੰਨਾ ਵੀ ਸਾਡਾ ਹਿੱਸਾ ਹੁੰਦਾ ਬਹੁਤ ਸਾਡੇ ਨਾਮ ਤੇ ਤੁਹਾਡੇ ਨਾਮ ਤੇ ਹੈਗਾ ਹੈਗਾ ਉਸ ਪਰਿਵਾਰ ਦਾ ਕਹਿਣਾ ਉਹ ਲੜਕੇ ਦਾ ਕਹਿਣਾ ਕਿ ਰਣਜੋਤ ਕੌਰ ਦੇ ਨਾਂ ਤੇ ਕਿਸੇ ਇੱਕ ਗੱਜ ਦੇ ਨਾਂ ਤੇ ਵੀ ਰਜਿਸਟਰੀ ਨਹੀਂ ਜੋ ਉਹਨਾਂ ਦੇ ਨਾਂ ਤੇ 600 ਗੱਜ ਦਾ ਸੀਗਾ ਪਲਾਟ ਉਹ ਵੇਚ ਚੁੱਕੇ ਨੇ ਅੱਛਾ ਇਹਦੇ ਬਾਰੇ ਕੀ ਕਹਿਣਾ ਸਾਰਾ ਕੁਝ ਉਹਨਾਂ ਦੇ ਕਹਿਣ ਦੇ ਨਾਲ ਥੋੜੀ ਹੁੰਦਾ ਨਹੀਂ ਅਸੀਂ ਤੁਹਾਨੂੰ ਕੁਐਸਚਨ ਦੇਖੋ ਉਹਨਾਂ ਦੇ ਕੁਐਸਚਨ ਤੁਹਾਡੇ ਕੋਲੇ ਲੈ ਕੇ ਆਏ ਆ ਜੀ ਅਸੀਂ ਤੁਹਾਡੇ ਵਾਲੇ ਕੁਐਸਚਨ ਉਹਨਾਂ ਕੋਲ ਲੈ ਕੇ ਜਾਣਾ ਬ੍ਰਦਰ ਇੱਕ ਕਲੀਅਰ ਹੋ ਸਕਦਾ ਵੀ ਇਹਨਾਂ ਦੇ ਨਾਮ ਹੈਗੀ ਜਾਂ ਨਹੀਂ ਉਹ ਕਲੀਅਰ ਹੋ ਸਕਦਾ ਉਸ ਬੰਦੇ ਦੇ ਕਹਿਣ ਨਾਲ ਸਾਰਾ ਕੁਝ ਪ੍ਰੂਫ ਨਹੀਂ ਹੁੰਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਇੱਕ ਪੱਖ ਜਦੋਂ ਉਹਨਾਂ ਨੇ ਆਪਣਾ ਰੱਖਿਆ ਉਸ ਤੋਂ ਬਾਅਦ ਅਸੀਂ ਵੀ ਅਸੀਂ ਤੁਹਾਨੂੰ ਤਾਂ ਅੱਜ ਤੁਹਾਡਾ ਪੱਖ ਤੋਂ ਪੁੱਛਣ ਲਈ ਬੁਲਾਇਆ ਵਾ ਸਟੂਡੀਓ ਦੇ ਵਿੱਚ ਉਹਦੇ ਕਹਿਣ ਨਾਲ ਇਹ ਨਹੀਂ ਹੁੰਦਾ ਹੈਗਾ ਕਿ ਬਈ ਮੈਂ ਉਹਦੇ ਨਾਲ ਰਹੀ ਜਾਂ ਜਿਵੇਂ ਕਿ ਉਹਨੇ ਕਿਹਾ ਵੀ 2 ਦਿਨ ਇੱਥੇ 3 ਦਿਨ ਉੱਥੇ ਇਹ ਵੀ ਸੱਚ ਨਹੀਂ ਸੀਗਾ ਮੇਰੇ ਭਰਾ ਨਾਲ ਮੇਰੀ ਰੋਜ਼ ਗੱਲ ਹੁੰਦੀ ਸੀ ਮੇਰੇ ਆਪਦੇ ਘਰ ਹੀ ਹੁੰਦੀ ਸੀ ਜੀ ਠੀਕ ਹੈ ਜੀ ਤੇ ਮੇਰਾ ਉਹ ਇੱਕ ਵੀ ਗੱਲ ਵਿੱਚ ਪ੍ਰੂਫ ਕਰ ਦਵੇ ਕਿ ਮੈਂ ਉਹਦੇ ਘਰੇ ਇੱਕ ਵੀ ਰਾਤ ਇਹ ਜਿਹੜਾ ਹੁਣ ਤੁਹਾਡਾ ਪਰਿਵਾਰ ਚਲੋ ਅੱਜ ਤੁਹਾਡਾ ਕਹਿਣਾ ਵਾ ਕਿ ਉਹਦੇ ਨਾਲ ਖੜਾ ਹਾਂਜੀ ਕਿਉਂਕਿ ਜਿੱਦਣ ਅਸੀਂ ਉਹਦੀ ਉਸ ਚੀਜ਼ ਤੇ ਸਾਰੀ ਗੱਲਬਾਤ ਕਰਕੇ ਆਏ ਆ ਤੁਹਾਡੇ ਘਰੇ ਗੁਰਪਿੰਦਰ ਸਿੰਘ ਦੇ ਕਾਰਨ ਜੀ ਨਾਲ ਖੜੇ ਨੇ ਪਿਛਲੇ ਜੀਜਾ ਜੀ ਵੀ ਮੇਰੇ 1.5 ਸਾਲ ਤੋਂ ਨਾਲ ਰਹਿ ਰਹੇ ਸੀ ਠੀਕ ਹੈ ਸਾਡੇ ਘਰ ਵਿੱਚ ਰਹਿ ਰਹੇ ਸੀ ਉਦੋਂ ਦਾ ਤਾਂ ਉਹਨਾਂ ਨੂੰ ਮੁੰਡੇ ਦਾ ਯਾਦ ਨਹੀਂ ਸੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਡਾਬੇ ਥਾਣੇ ਵਿੱਚ ਜਦੋਂ ਰਿਪੋਰਟ ਕਰਵਾਈ ਆ ਜਦੋਂ ਤੁਹਾਡੇ ਨਾਲ ਕੁੱਟਮਾਰ ਕਰਦੇ ਸੀ ਤੁਸੀਂ ਕੋਈ ਕੰਪਲੇਂਟ ਨਹੀਂ ਕੀਤੀ ਨਹੀਂ ਜੀ ਮੈਂ ਕੋਈ ਕੰਪਲੇਂਟ ਨਹੀਂ ਕੀਤੀ ਕੀ ਕਾਰਨ ਕੀ ਜੀ ਜਿਵੇਂ ਨਾ ਕਰਨ ਤੁਸੀਂ ਬਾਲਗ ਹੋ ਸਮਝਦਾਰ ਹੋ ਪੜ੍ਹੇ ਲਿਖੇ ਹੋ ਮੈਨੂੰ ਇਦਾਂ ਕਦੇ ਲੱਗਿਆ ਹੀ ਨਹੀਂ ਸੀਗਾ ਵੀ ਤੁਹਾਡੇ ਨਾਲ ਕੁੱਟਮਾਰ ਕੀਤੀ ਆ ਤੇ ਤੁਸੀਂ ਸੋਚਿਆ ਨਹੀਂ ਲੱਗਿਆ ਤੁਹਾਨੂੰ ਵੀ ਮੈਨੂੰ ਕੰਪਲੇਂਟ ਕਰਨੀ ਚਾਹੀਦੀ ਆ ਮੈਨੂੰ ਨਹੀਂ ਲੱਗਿਆ ਕਦੇ ਕਿ ਮੈਨੂੰ ਕੰਪਲੇਂਟ ਕਰਨੀ ਚਾਹੀਦੀ ਆ ਜਦੋਂ ਮੈਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਇੱਕ ਹਫਤਾ ਮੈਂ ਘਰੇ ਕਿਹਦੇ ਵੱਲੋਂ ਜੀ ਮੇਰੇ ਘਰਦਿਆਂ ਵੱਲੋਂ ਘਰ ਦੇ ਫੈਮਿਲੀ ਦੇ ਵਿੱਚੋਂ ਕੋਈ ਖਾਸ ਮੇਰੇ ਮਦਰ ਤਾਂ ਬੈੱਡ ਰੈਸਟ ਤੇ ਉਹ ਤਾਂ ਬੈੱਡ ਤੇ ਨੇ ਹਾਂਜੀ ਹਾਂਜੀ ਤੇ ਸਿਰਫ ਇੱਕ ਗੁਰਪਿੰਦਰ ਸਿੰਘ ਤੇ ਗੁਰਜੀਤ ਕੌਰ ਵੱਲੋਂ ਮੰਨ ਲਓ ਜਾਂ ਫਿਰ ਉਹਨਾਂ ਦੇ ਕਾਰਨ ਮੈਨੂੰ ਇੰਨੀ ਕੁ ਹਾਲਤਾਂ ਵਿੱਚੋਂ ਲੰਘਣਾ ਪਿਆ ਜਿਹੜੀਆਂ ਕਿ ਮੇਰੀ ਕਿਸਮਤ ਚੰਗੀ ਸੀ ਕਿ ਮੈਂ ਹਰ ਵਾਰ ਬਚ ਜਾਂਦੀ ਸੀ 2 ਵਾਰ ਇਦਾਂ ਹੋਇਆ ਪਰ ਡਾਕਟਰ ਇਸ ਗੱਲ ਤੋਂ ਗਵਾਹ ਨੇ ਜੀ ਠੀਕ ਹੈ ਜੀ ਆਪਾਂ ਉਹਨਾਂ ਕੋਲੋਂ ਆਪਾਂ ਪ੍ਰੂਫ ਕਰ ਸਕਦੇ ਹਾਂ ਕਿ ਵੀ ਇਹਦੇ ਨਾਲ ਕੀ ਹੋਇਆ ਕੀ ਨਹੀਂ ਮੇਰੇ ਅਲਸਰ ਹੋ ਗਏ ਸੀਗੇ ਸਾਰੇ ਜੀ ਠੀਕ ਹੈ ਦਵਾਈ ਜਿਹੜੀ ਉਹਨਾਂ ਨੇ ਦਿੱਤੀ ਸੀ ਜਾਂ ਪੀਤੀ ਸੀ ਜੀ ਤੇ ਉਹ ਨਹੀਂ ਚਾਹੁੰਦੇ ਸੀਗੇ ਕਿ ਮੈਂ ਜਿਉਂਦੀ ਰਹਾਂ
अज तुहानू लगता कि उन्होंने तुहानू प्रॉपर्टी के कारण मारन की भी कोशिश की है। अज ये नहीं लगता कि जो तुम उन्होंने परिवार को आप दे परिवार छड्ड ही दिता, हाँ जी अज उन्होंने ये चीज़ का राह सौखा नहीं लगेगा कि जो तुम छड्ड ही दिता तो तुहाडी प्रॉपर्टी बेचनी सौखी नहीं हो जाऊगी। उन्होंने इदा लगता ना भी इन्हें प्रॉपर तरीके नहीं छड़िया, उन्होंने एक जीवन का मकसद मिल गया, कदे ना कदे वापस आऊगी क्योंकि वो प्रॉपर्टी ये नाम आना जी कोई बेच नहीं सकता। तुहाडे मदर जां सिस्टर तुहाडे रियल ने प्रॉपर्टी भी जे पा मन्नीए के भी नाम नहीं हैगी, घर ता हैगा वाना बिल्कुल बिल्कुल तुहाडे नाते जो भी आ, चलो असीं नहीं उस बारे जानकारी लैनी, असीं तां ये कहना चाहुंदे आ कि जे तुहाडे नाते प्रॉपर्टी हैगी आ जो भी हैगा तुहाडे नाते ਉਹਦਾ ਜੇ ਉਹਨਾਂ ਨੂੰ ਲੱਗਦਾ ਵੀ ਜੇ ਇਹ ਚਲੇ ਜਾਊਗੀ ਜਾਂ ਇਹਨਾਂ ਦੀ ਡੈਥ ਹੋ ਜਾਊਗੀ ਤਾਂ ਉਹਨਾਂ ਨੂੰ ਮਿਲ ਜਾਊਗੀ। ਆਲਰੇਡੀ ਅਸੀਂ ਆਪਣੇ ਭਰਾ ਨੂੰ ਹੀ ਦੇਣੀ ਆ ਜੀ, ਮੇਰੇ ਵੱਲੋਂ ਤਾਂ ਇਹੀ ਆ ਕਿ ਵੀ ਜੋ ਵੀ ਕੁਛ ਹੈਗਾ ਵਾ ਮੇਰੇ ਭਰਾ ਨੂੰ ਦਿੱਤਾ ਜਾਵੇ, ਠੀਕ ਆ, ਕਿਉਂਕਿ ਮੁੰਡਿਆਂ ਦਾ ਹੀ ਉੱਥੇ ਹੱਕ ਹੁੰਦਾ ਵਾ, ਸਾਡਾ ਉਹਦੇ 'ਤੇ ਕੋਈ ਹੱਕ ਨਹੀਂ ਹੈਗਾ। ਨਹੀਂ ਚਲੋ ਇਹ ਤੁਹਾਡੀ ਪਰਸਨਲ ਮੈਟਰ ਆ, ਇਹਦੇ ਵਿੱਚ ਅਸੀਂ ਨਹੀਂ ਕਹਿ ਸਕਦੇ ਤੁਸੀਂ ਆਖੋ ਤੇ ਰੱਖੋ ਜਾਂ ਤੁਹਾਡੇ ਬ੍ਰਦਰ ਨੂੰ ਦੇਵੋ, ਪਰ ਅੱਜ ਇਹ ਗੱਲ ਸੋਚ ਪਰ ਅੱਜ ਇਹ ਰੀਜ਼ਨ ਰੁਪਿੰਦਰ ਸਿੰਘ ਇਹ ਨਹੀਂ ਸੋਚਦਾ ਹੈਗਾ। ਹੁਣ ਵੀ ਮੈਨੂੰ ਪਤਾ ਆ ਕਿ ਵੀ ਉਹਨਾਂ ਨੂੰ ਇਦਾਂ ਹੋਊਗਾ ਕਿ ਵੀ ਜੋ ਕੁਛ ਮੰਮੀ ਕੋਲ ਹੈਗਾ ਵਾ ਉਹ ਸਾਰਾ ਕੁਛ ਉਹਨਾਂ ਕੋਲ ਜਾਵੇ ਕਿਉਂਕਿ ਉਹ ਉਹਨੂੰ ਸਾਂਭਦੇ ਆ, ਪਰ ਉਹਦੇ ਵਿੱਚ ਮੇਰਾ ਤੇ ਮੇਰੇ ਭਰਾ ਦਾ ਕੋਈ ਇੰਟਰਫੇਅਰ। ਤੁਹਾਡੇ ਬ੍ਰਦਰ ਨਾਲ ਤੁਹਾਡੀ ਗੱਲ ਹੁੰਦੀ ਰਹਿੰਦੀ ਆ ਹੁਣ ਵੀ? ਹਾਂਜੀ ਹੁੰਦੀ ਆ ਜੀ। ਉਹ ਉਹਦਾ ਪੱਖ ਕੀ ਆ ਜੀ? ਉਹਦਾ ਬਸ ਉਹ ਇਹੀ ਕਹਿੰਦਾ ਕਿ ਬਈ ਤੇਰੀ ਲਾਈਫ ਜਿਵੇਂ ਤੂੰ ਚਾਹੁੰਦੀ ਆ ਆਪਣੀ ਸੈੱਟ ਕਰ, ਆਪਣਾ ਰਹਿ, ਖੁਸ਼ ਰਹਿ ਜੀ, ਠੀਕ ਆ ਜੀ। ਜਿਹੜਾ ਜਿਹੜਾ ਉਹਨਾਂ ਨੇ ਦੋਸ਼ ਲਾਇਆ ਇੱਕ ਕਿ ਮੈਨੂੰ ਜਿਹੜੀ ਆ ਮੇਰੀ ਵਾਈਫ ਰਣਜੋਤ ਕੌਰ, ਚਾਹੇ ਤੁਸੀਂ ਕਹਿੰਦੇ ਹੋ ਕੰਟਰੈਕਟ ਮੈਰਿਜ ਹੋਈ ਸੀ ਤੁਹਾਡੀ, ਤੁਸੀਂ ਡਿਵੋਰਸ ਦੇ ਤਾ ਉਹਨਾਂ ਨੂੰ? ਜਦੋਂ ਮੈਰਿਜ ਹੀ ਨਹੀਂ ਹੋਈ ਹੈਗੀ ਡਿਵੋਰਸ ਕਾਹਦੇ ਵਾਸਤੇ ਦੇਣਾ, ਕੁਛ ਰਜਿਸਟਰ ਹੋਇਆ ਸੀ? ਤੁਸੀਂ ਇਹ ਪ੍ਰੂਫ ਕਰ ਸਕਦੇ ਹੋ ਕਿ ਕੁਛ ਰਜਿਸਟਰ ਹੋਇਆ? ਨਹੀਂ ਅਸੀਂ ਸਾਬਤ ਨਹੀਂ ਕਰਨਾ ਜੀ, ਸਾਬਤ ਤਾਂ ਉਹਨਾਂ ਨੇ ਕਰਨਾ, ਉਹਨਾਂ ਦੇ ਸਵਾਲ ਸੀਗੇ, ਅਸੀਂ ਤੁਹਾਡੇ ਕੋਲੇ ਲੈ ਆਂਦੇ, ਮੈਂ ਪਹਿਲਾਂ ਵੀ ਕਿਹਾ ਤੁਹਾਡੇ ਹੋਣਗੇ ਤਾਂ ਉਹਨਾਂ ਕੋਲੇ ਵੀ ਲੈ ਆਵਾਂਗੇ। ਉਹਨਾਂ ਕੋਲ ਪ੍ਰੂਫ ਹੈਗਾ ਕਿ ਵੀ ਉਹ ਮੈਰਿਜ ਰਜਿਸਟਰ ਸੀਗੀ ਜੀ, ਜੇ ਉਹ ਰਜਿਸਟਰ ਸੀ ਤਾਂ ਫਿਰ ਆਪਣਾ ਡਿਵੋਰਸ ਦਾ ਪੇਪਰ ਵੀ ਹੁੰਦਾ, ਜਦੋਂ ਰਜਿਸਟਰ ਨਹੀਂ ਸੀਗੀ। ਤੁਸੀਂ ਜਿਹੜੇ ਜਦੋਂ ਬਾਹਰ ਗਏ ਹੋ, ਤੁਸੀਂ ਬਾਹਰ ਗਏ ਹੋ ਤਾਂ ਉਸੇ ਮੈਰਿਜ ਦੇ ਆਧਾਰ ਤੇ ਨਹੀਂ ਗਏ ਸੀ? ਨਹੀਂ, ਉਹ ਮੈਂ ਔਨ ਅਰਾਈਵਲ ਵੀਜ਼ੇ 'ਤੇ ਗਈ ਸੀਗੀ ਅਤੇ ਉਸ ਤੋਂ ਬਾਅਦ ਵੀ ਮੈਂ ਜਾ ਚੁੱਕੀ ਹਾਂ ਅਤੇ ਅੱਜ ਵੀ ਮੇਰੇ ਕੋਲ ਮੇਰਾ ਵੀਜ਼ਾ ਹੈਗਾ ਵਾ ਆਸਟ੍ਰੇਲੀਆ ਦਾ, ਜੋ ਕਿ 25 ਜੁਲਾਈ ਨੂੰ ਫਿਨਿਸ਼ ਹੋ ਜਾਣਾ। ਮੇਰੇ ਘਰ ਦੇ ਮੇਰੇ ਡਾਕੂਮੈਂਟ, ਉਹ ਇਨਸਾਨ ਇਹ ਕਹਿ ਰਿਹਾ ਸੀ ਕਿ ਸਿਰਫ ਤੋਂ ਸਿਰਫ ਇਹ ਗਈ ਮੇਰੇ ਨਾਲ ਵੀ ਅਸੀਂ ਇਕੱਠੇ ਗਏ ਹਾਂ, ਉਸ ਤੋਂ ਬਾਅਦ ਇਹ ਕਿਤੇ ਗਈ ਨਹੀਂ ਹੈਗੀ ਜੀ, ਠੀਕ ਹੈ। ਇੱਕ ਵਾਰੀ ਇਹ ਜਾਇਆ ਹੀ ਆ ਅਤੇ ਉਸ ਤੋਂ ਬਾਅਦ ਇਹਦਾ ਹੁਣ ਵੀ ਆਸਟ੍ਰੇਲੀਆ ਦਾ ਵੀਜ਼ਾ ਇਹਦੇ ਕੋਲ ਹੈਗਾ ਜੀ, ਕਿ ਉਹਦੇ ਲਈ ਸਾਨੂੰ ਇੱਕ ਦਿੱਕਤ ਪੈ ਰਹੀ ਹੈ, ਜਿਹੜੇ ਇਹਦੇ ਘਰ ਦੇ ਸਾਨੂੰ ਕੋਈ ਡਾਕੂਮੈਂਟ ਨਹੀਂ ਦੇ ਰਹੇ, ਪਾਸਪੋਰਟ ਇਹਦਾ ਉਹਨਾਂ ਕੋਲ ਆ ਜੀ, ਠੀਕ ਆ, ਜਿਹੜੇ ਸਾਨੂੰ ਨਹੀਂ ਦੇ ਰਹੇ, ਸ਼ਾਇਦ ਹੋ ਸਕਦਾ ਉਹ ਕਾਰਨ ਤੋਂ ਨਾ ਜਾਏ। ਮੈਂ ਤੁਹਾਡੇ ਨਾਲ ਹੀ ਹੁਣ ਤੁਹਾਡੇ ਵੱਲ ਹੀ ਆਉਣ ਲੱਗਿਆ ਸੀ, ਮੈਂ ਪੁੱਛਣ ਲੱਗਿਆ ਸੀ ਕਿ ਤੁਸੀਂ ਇਹਨਾਂ ਨੂੰ ਹੁਣ ਤੁਸੀਂ ਐਜ਼ ਏ ਰਿਸ਼ਤੇ ਕਿਹੜੇ ਨਾਲ ਤੁਹਾਡੇ ਨਾਲ ਨੇ, ਇਹ ਤੁਸੀਂ ਮੈਰਿਜ ਕਰਵਾ ਰਹੇ ਹੋ? ਮੈਂ ਇਹਨਾਂ ਨੂੰ ਫਰੈਂਡ ਦੇ ਤੌਰ ਤੇ ਰੱਖਿਆ ਹੋਇਆ ਟੇਕਰਲੀ, ਜਿੱਦਾਂ ਮੈਂ ਇਹਨਾਂ ਦੀ ਕੇਅਰ ਕਰ ਰਿਹਾ, ਠੀਕ ਹੈ ਜੀ, ਵੀ ਕਿਉਂਕਿ ਇਹਨਾਂ ਨੂੰ ਇੱਦਾਂ ਦੀਆਂ ਪ੍ਰੋਬਲਮਾਂ ਬਹੁਤ ਆ ਗਈਆਂ ਸੀਗੀਆਂ, ਕੋਈ ਇਹਨਾਂ ਨੂੰ ਦਿਸ ਨਹੀਂ ਰਿਹਾ ਸੀਗਾ ਵੀ ਕੋਈ ਇਹਨਾਂ ਦਾ ਜਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਕੇਅਰ ਕਰ ਸਕੇ ਜੀ, ਠੀਕ ਹੈ ਜੀ। ਇੱਕ ਘਰ ਦੇ ਹੀ ਹੁੰਦੇ ਆ, ਜਦੋਂ ਘਰ ਦਾ ਇੱਦਾਂ ਦੇ ਕਦਮ ਚੱਕਣ ਲੱਗ ਜਾਣ ਤਾਂ ਜੀ ਨਹੀਂ ਇੱਦਾਂ ਦਾ ਕੋਈ ਮਤਲਬ ਆਪਾਂ ਕਹਿ ਸਕਦੇ ਵੀ ਸਹੀ ਗੱਲ ਨਹੀਂ ਹੈਗੀ ਉਹਨਾਂ ਲਈ, ਠੀਕ ਹੈ ਜੀ। ਮੈਨੂੰ ਸਮਝਿਆ ਜੀ, ਠੀਕ ਆ, ਤੇ ਮੈਂ ਵੀ ਮੈਨੂੰ ਵੀ ਲੱਗਿਆ ਕਿ ਵੀ ਇਹ ਇਨਸਾਨ ਇੱਦਾਂ ਵਾ ਕਿ ਮੈਨੂੰ ਸਮਝ ਸਕਦਾ ਵਾ, ਮੇਰਾ ਧਿਆਨ ਰੱਖ ਸਕਦਾ ਵਾ, ਇਸ ਲਈ ਮੈਂ ਇਹਨਾਂ ਕੋਲ ਆਪਣਾ ਜਿਹੜਾ ਹੈਗਾ ਵਾ ਰਹਿ ਰਹੀ ਹਾਂ। ਜਿਹੜਾ ਇਹਨਾਂ ਨੇ ਉਹਨਾਂ ਨੇ ਦੋਸ਼ ਲਾਇਆ ਕਿ ਸਤਵਿੰਦਰ ਸਿੰਘ ਸੱਤਾ ਨਸ਼ਾ ਕਰਦਾ, ਅਤੇ ਉਹ ਸ਼ੋਰਲੀ ਕਹਿ ਰਹੇ ਸੀ ਕਿ ਮੇਰੀ ਵਾਈਫ ਨੂੰ ਵੀ ਕਰਵਾਉਂਦਾ। ਸਰ ਇਹਦੇ ਲਈ ਮੈਂ ਇੱਕ ਗੱਲ ਕਹਿੰਦਾ ਜੀ, ਕੋਈ ਬੰਦਾ ਮੂੰਹ 'ਚੋਂ ਚੀਜ਼ਾਂ ਕੋਈ ਵੀ ਗੱਲ ਕੱਢ ਸਕਦਾ, ਕੱਢ ਸਕਦਾ, ਠੀਕ ਹੈ ਜੀ, ਉਹ ਸ਼ੋਰ ਕਰ ਦੇਵੇ ਕਿਸੇ ਵੀ ਚੀਜ਼ ਦਾ, ਕਲੀਅਰ ਕਰ ਦੇਵੇ ਜੀ, ਠੀਕ ਹੈ ਜੀ। ਮੈਂ ਇੱਦਾਂ ਕਹਿ ਸਕਦਾ ਮੇਰੀ ਜ਼ਿੰਦਗੀ 'ਚ ਮੈਂ ਅੱਜ ਤੱਕ ਵੀ ਜੋ ਕਹਿ ਰਿਹਾ ਨਾ ਵੀ ਨਸ਼ਾ ਕੀਤਾ ਜੀ, ਉਹ ਮੈਨੂੰ 1% ਲਈ ਵੀ ਕੋਈ ਚੀਜ਼ ਕਰਕੇ ਦਿਖਾ ਦੇਵੇ ਵੀ ਹਾਂ ਤੇਰਾ ਆਹ ਪ੍ਰੂਫ ਆ, ਉਹ ਮੈਨੂੰ ਜ਼ਿੰਦਗੀ 'ਚ ਜੋ ਕਹੂਗਾ ਨਾ ਜੀ, ਮੈਂ ਉਹਦੀ ਗੱਲ ਰੱਖ ਉਹ ਚੀਜ਼ ਕਰਨ ਨੂੰ ਤਿਆਰ ਹਾਂ। ਜੋ ਮੈਨੂੰ ਇੱਕ ਵੀ ਜ਼ਿੰਦਗੀ 'ਚ ਮੇਰੇ ਜਿੰਨੀ ਮੇਰੀ ਜ਼ਿੰਦਗੀ ਲੰਘੀ ਆ ਨਾ, ਸਾਰੀ ਜ਼ਿੰਦਗੀ ਦੇ ਵਿੱਚ ਮੈਨੂੰ ਇਹ ਉਹ ਜੋ ਕਹਿ ਰਹੇ ਸੀ ਵੀ ਇਹਨੇ ਨਸ਼ਾ ਕੀਤਾ, ਇਹ ਕਰਦਾ, ਇਹ ਮੇਰੀ ਵਾਈਫ ਕਰਾ ਰਿਹਾ ਹੈ ਨਾ, ਇਹ ਚੀਜ਼ ਬਿਲਕੁਲ ਝੂਠ ਆ, ਠੀਕ ਹੈ ਜੀ, ਇਹ ਮੈਂ ਕਰਕੇ ਵੀ ਰਹੂੰਗਾ, ਬਟ ਉਹ ਕਹਿ ਰਿਹਾ ਵੀ ਕਰ ਰਿਹਾ ਹੈ ਨਾ ਇਹ, ਤਾਂ ਉਹ ਕੋਈ ਵੀ ਮੈਨੂੰ ਪ੍ਰੂਫ ਲਿਆ ਕੇ ਦੇ ਦੇਵੇ, ਅਤੇ ਉਦੋਂ ਉਹ ਕਹਿ ਰਿਹਾ ਸੀ ਨਾ ਤੁਹਾਨੂੰ ਇਹ ਚੀਜ਼ ਦਾ ਕਿ ਮੈਂ ਵੀ ਪ੍ਰੂਫ ਦਊਂਗਾ ਜੀ। ਮੈਂ ਕਹਿੰਦਾ ਮੇਰੀ ਮੈਡੀਕਲ ਡਾਕਟਰੀ ਕਰਾਈ ਜਾਵੇ, ਜਦੋਂ ਮਰਜ਼ੀ ਕਰਾਈ ਜਾਵੇ, ਜਿੱਥੇ ਮਰਜ਼ੀ ਕਰਾਈ ਜਾਵੇ, ਮੈਨੂੰ ਕੋਈ ਦਿੱਕਤ ਨਹੀਂ, ਠੀਕ ਹੈ ਜੀ, ਕਿਸੇ ਵੀ ਤਰ੍ਹਾਂ ਦਾ ਮੇਰੇ 'ਚ ਨਸ਼ਾ ਕੋਈ ਆਉਂਦਾ ਪਿਆ ਵਾ ਜੀ, ਠੀਕ ਹੈ ਜੀ, ਮੈਂ ਉਹ ਬੰਦੇ ਦਾ ਦੇਣਦਾਰ ਹੋਊਂਗਾ ਕਿ ਉਹ ਮੈਨੂੰ ਜੋ ਵੀ ਸਜ਼ਾ ਕਹਿ ਦੂਗਾ ਤਾਂ ਮੈਂ ਉਹ ਮੰਨੂੰਗਾ ਜੀ। ਪਰ ਜਾਂ ਨਾ ਹੋਈ ਇਹ ਚੀਜ਼, ਫਿਰ ਆਪਾਂ ਨੂੰ ਕੀ ਕਰਨਾ ਚਾਹੀਦਾ? ਤੁਸੀਂ ਉਹਨਾਂ 'ਤੇ ਉਹ ਤੁਸੀਂ ਉਹਦੇ ਤੁਹਾਡੇ ਦੇਖੋ, ਅਸੀਂ ਇੱਥੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਸੇ ਵੀ ਇੱਜ਼ਤਦਾਰ ਬੰਦੇ ਦੇ ਜਦੋਂ ਇੱਜ਼ਤ ਦੇ ਉੱਤੇ ਕਿਸੇ ਤਰੀਕੇ ਦਾ ਦੋਸ਼ ਲਾਇਆ ਜਾਂਦਾ, ਜੇ ਉਹਦੇ ਦੋਸ਼ ਸਾਬਤ ਨਹੀਂ ਹੁੰਦੇ, ਪ੍ਰੂਫ ਨਹੀਂ ਹੁੰਦੇ, ਤਾਂ ਜਿਹੜੇ 'ਤੇ ਦੋਸ਼ ਲੱਗਦਾ ਉਹ ਬੰਦਾ ਉਸ ਬੰਦੇ 'ਤੇ ਡੈਫਾਮੇਸ਼ਨ ਦਾ ਕੇਸ ਲਾ ਕੇ ਆਪਣੀ ਇੱਜ਼ਤ ਨੂੰ ਲੋਕਾਂ ਸਾਹਮਣੇ ਸਾਫ਼ ਸੁਥਰਾ ਦਿਖਾ ਸਕਦਾ ਵਾ।
मैं भैन जी वाल आऊंगा। गुरजिंदर सिंह कौन आ? गुरजिंदर सिंह मेरे चाचे दा मुंडा है। चाचा जी दा बेटा। उन्होंने कोई थाने दे विच कोई तुहाडे प्रति गवाही दित्ती आ कि इन्हां दी जिहड़ी रणजोत कौर दा कहना कि मेरी पेपर मैरिज सी, कॉन्ट्रैक्ट मैरिज सी, पर नहीं मैं उस चीज़ का गवाह, मेरी मैरिज भी गवाही पई सी, इन्हां दा पक्का विआह होया सी, इहदे बारे की कहने हो? गुरजिंदर सिंह साड़ी एंटी पार्टी वालों वा, असी कदे उन्हां नाल अपने रिश्ते वालों नहीं बरते, भावें साडा घर आमो सामने सीगा पर घरां दे विच नोकझोक हुंदी रहिंदी आ साडी, इदां सीगी शायद तां ही करके अज उहदे उस बंदे नाल गवाही दे रहा वा जी, क्योंकि थोनू पता खानदानी प्रॉब्लम होण दे कारण इह प्रॉब्लम सामने आउंदियां ही ने जी। ਤੁਹਾਨੂੰ ਚਲੋ ਤੁਸੀਂ ਕਹਿੰਦੇ ਹੋ ਕਿ ਸਾਡੀ ਜੇ ਮੈਰਿਜ ਹੋਈ ਨਹੀਂ ਤਾਂ ਅਸੀਂ ਤਲਾਕ ਵੀ ਕਾਹਦੇ ਵਾਸਤੇ ਦੇਣਾ? ਹਾਂਜੀ। ਅਤੇ ਅਸੀਂ ਕੀ ਸਮਝੀਏ ਕਿ ਹੁਣ ਜਿਹੜੀ ਤੁਹਾਡੇ ਨਾਲ ਉਹਨਾਂ ਨੇ ਵੀ ਕੰਪਲੇਂਟ ਕੀਤੀ ਆ, ਤੁਸੀਂ ਵੀ ਕੀਤੀ ਹੋ ਸਕਦੀ ਆ, ਹਾਂਜੀ, ਜਿਹੜੇ ਤੁਹਾਡੇ ਖਿਲਾਫ਼ ਕੀਤੀ ਆ, ਉਹ ਕਹਿੰਦੇ ਜੀ ਜੇ ਮੈਂ ਲਵ ਮੈਰਿਜ ਕਰਾਈ ਸੀ ਜੇ ਉਹ ਦੁਬਾਰਾ ਮੇਰੇ ਕੋਲ ਆ ਜਾਂਦੇ ਨੇ ਤਾਂ ਮੈਂ ਰੱਖਣ ਨੂੰ ਤਿਆਰ ਹਾਂ। ਮੈਂ ਉਹਦੇ ਨਾਲ ਪਿਛਲੇ 5 ਸਾਲਾਂ ਤੋਂ ਕੋਈ ਕੰਟੈਕਟ ਨਹੀਂ ਰੱਖਿਆ ਹੈਗਾ ਤਾਂ ਹੁਣ ਮੈਂ ਉਹਦੇ ਨਾਲ ਕੰਟੈਕਟ ਕਾਹਦੇ ਵਾਸਤੇ ਰੱਖੂੰਗੀ ਜੀ? ਜਿਹੜਾ ਤੁਹਾਡਾ ਪਰਿਵਾਰ ਆ ਮਤਲਬ ਉਹ ਵੀ ਇਸ ਗੱਲੋਂ ਝੂਠ ਬੋਲਦਾ ਵੀ? ਉਹ ਮੇਰਾ ਪਰਿਵਾਰ ਸਿਰਫ ਉਹਨੂੰ ਹੁਣ 10-15 ਦਿਨ ਤੋਂ ਜਾਣਨ ਲੱਗਿਆ, ਜਦੋਂ ਕਿ ਮਹੀਨਾ ਪਹਿਲਾਂ ਜਦੋਂ ਉਹਨਾਂ ਨੇ ਦਰਖਾਸਤ ਦਿੱਤੀ ਸੀਗੀ ਮੇਰੇ 'ਤੇ ਜੀ, ਤਾਂ ਉਦੋਂ ਹੀ ਕਲੀਅਰ ਹੋ ਗਿਆ ਸੀਗਾ ਕਿ ਮੈਂ ਸਤਵਿੰਦਰ ਸਿੰਘ ਸੱਤਾ ਨਾਲ ਰਹਿਣਾ। ਜਦੋਂ ਇਹ ਪੇਪਰ ਮੈਰਿਜ ਹੋਈ ਆ ਤੁਹਾਡੀ ਸਹਿਮਤੀ ਨਹੀਂ ਸੀਗੀ ਜੀ, ਪਰ ਪਰਿਵਾਰ ਨੂੰ ਪਤਾ ਸੀ ਵੀ ਇਹਨਾਂ ਨੇ ਕਰਵਾਈ ਆ? ਤੁਹਾਡੇ ਪਰਿਵਾਰ ਨੂੰ? ਮੇਰੇ ਪਰਿਵਾਰ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਸੀਗਾ ਜੀ, ਇਹ ਸਾਰਾ ਕੁਛ ਹੁਣ ਪਤਾ ਲੱਗਿਆ ਵਾ, ਮੇਰੇ ਡਾਕੂਮੈਂਟਸ ਉਹਨਾਂ ਦੇ ਕੋਲ ਰਹਿ ਗਏ, ਉਹਦੇ ਤੋਂ ਦੇਖ ਕੇ ਪਤਾ ਲੱਗਿਆ ਜੀ, ਅਤੇ ਫਿਰ ਉਹਨਾਂ ਨੇ ਇਸ ਮੁੰਡੇ ਨੂੰ ਲੱਭ ਕੇ ਇਹ ਕੀਤਾ। ਅਤੇ ਸੈਕਿੰਡ ਥਿੰਗ, ਜਦੋਂ ਇੱਕ ਗੱਲ ਹੋਰ ਮੈਂ ਕਹਿਣਾ ਚਾਹੁੰਦੀ ਹਾਂ ਜੀ ਜੀ ਜੀ, ਜਿਹੜੇ ਨਸ਼ੇ ਕਰਨ ਦੇ ਦੋਸ਼ ਲਾ ਰਹੇ ਨੇ, ਗੁਰਪਿੰਦਰ ਸਿੰਘ ਨੇ ਆਪ ਮੈਨੂੰ ਇੱਕ ਦੋ ਵਾਰੀ ਡਰੱਗਸ ਕਰਵਾਇਆ, ਅਤੇ ਤੁਸੀਂ ਦੇਖ ਸਕਦੇ ਹੋ ਮੈਂ ਇੰਨਾ ਪ੍ਰੂਫ ਕਰ ਸਕਦੀ ਹਾਂ ਕਿ ਬਈ ਉਹਦੇ ਤੇ ਆਪਦੇ ਤੇ ਵੀ ਡਰੱਗਸ ਦੇ ਦੋਸ਼ ਹੈਗੇ ਨੇ, ਉਹ ਆਪ ਵੇਚਦਾ ਸੀ, ਪੀਂਦਾ ਸੀ, ਉਹਦੇ ਤੇ ਪਰਚੇ ਹੋਏ ਹੋਏ ਸੀ, ਦੋ ਪਰਚੇ ਹੋਏ ਹੋਏ ਨੇ। ਓਕੇ, ਉਹ ਜਿਹੜੇ ਪਰਚੇ ਨੇ ਉਹ ਤੁਹਾਡੇ ਇੱਥੇ ਪੇਕੇ ਘਰੇ ਰਹਿੰਦੇ, ਉਹ ਵੇਚਦੇ ਸੀ ਜਾਂ? ਨਹੀਂ ਜੀ, ਉਹ ਉਹਨਾਂ ਦੇ ਪਿਛਲੇ 4 ਸਾਲਾਂ ਤੋਂ ਚੱਲਦੇ ਆ ਰਹੇ ਨੇ, 4-5 ਸਾਲਾਂ ਤੋਂ ਉਹਦੇ ਨਾਲ ਚੱਲਦੇ ਆ ਰਹੇ ਨੇ ਜੀ, ਇਹ ਚੀਜ਼ ਉਹਦੇ ਨਾਲ ਹੋਈ ਹੈ ਕਲੀਅਰ ਹੀ ਆ ਉਹਦਾ ਮਤਲਬ। ਇੱਕ ਉਹਨਾਂ ਨੇ ਸਾਨੂੰ ਆ ਰਜਿਸਟਰੀ ਦੀ ਫੋਟੋਕਾਪੀ ਦਿੱਤੀ ਹੈ, ਤੁਸੀਂ ਵੇਚੀ ਹੋਈ ਹੈ ਜਗ੍ਹਾ? ਇਹ ਜਗ੍ਹਾ ਦੇ ਤੁਸੀਂ ਆਪ ਦੇਖੋ ਕਿ ਉਹ ਕਹਿ ਰਹੇ ਨੇ ਕਿ ਵੀ ਜਗ੍ਹਾ ਵੇਚੀ, ਜਗ੍ਹਾ 600 ਗਜ਼ ਵੇਚਦੀ ਹੋਈ, 600 ਗਜ਼ ਦੇ ਪੈਸੇ ਕਿੱਥੇ ਗਏ? ਨਹੀਂ ਚਲੋ ਇਹ ਤੁਹਾਡਾ ਪਰਸਨਲ ਮੈਟਰ ਹੈ, ਮੈਂ ਤਾਂ ਤੁਹਾਨੂੰ ਇਹ ਤਾਂ ਪੁੱਛਿਆ। ਪਰਸਨਲ ਮੈਟਰ ਫਿਰ ਦਿਖਾਇਆ ਕਿਉਂ ਜੇ ਪਰਸਨਲ ਮੈਟਰ? ਮੈਂ ਤੁਹਾਨੂੰ ਤਾਂ ਪੁੱਛਿਆ ਨਾ ਵੀ ਤੁਹਾਡਾ ਕਹਿਣਾ ਕਿ ਪ੍ਰਾਪਰਟੀ ਦੇ ਪਿੱਛੇ ਮੇਰੇ ਨਾਲ ਧੱਕਾ ਕਰਦੇ ਆ ਰਹੇ ਨੇ, ਉਹਨਾਂ ਨੇ ਬਕਵਾਈ ਹੋ ਸਕਦੀ ਆ ਜੀ, ਕਿਉਂਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ, ਪਹਿਲਾਂ ਹੀ ਕਰਦੇ ਸੀਗੇ, ਠੀਕ ਹੈ ਜੀ, ਇਹਦੇ ਨਾਲ ਕੁੱਟਮਾਰ ਹੋ ਰਹੀ ਸੀ, ਕੁਝ ਤੁਹਾਨੂੰ ਦੱਸਿਆ ਵੀ ਇਹਨੂੰ ਇਦਾਂ ਦੀਆਂ ਪ੍ਰੋਬਲਮਾਂ ਖੜੀਆਂ ਕਰ ਰਹੇ ਸੀ, ਕਿਸੇ ਨੂੰ ਨਹੀਂ ਦੱਸ ਸਕਦੀ ਸੀ, ਕਿਉਂਕਿ ਕਲੀਅਰ ਕਰਦੇ ਆ ਤੇ ਆਪਾਂ ਨੂੰ ਕੋਈ ਆਸਮੀਤ ਹੁੰਦੀ ਆ ਜਦੋਂ ਉਹੀ ਨਾਲ ਹੋਣ, ਹੈ ਨਾ, ਉਹਦੇ ਕਰਕੇ ਇਹ ਟੈਨਸ਼ਨ ਦੇ ਵਿੱਚ ਸੀਗੀ ਜੀ। ਹਾਂ, ਇਹਦੀ ਇੱਕ ਚੀਜ਼ ਹੋਰ ਦੱਸਣੀ ਚਾਹੁੰਦਾ, ਉਹਦੀ ਅਗੇਜਮੈਂਟ ਮੌਕੇ ਇਹਦੀ ਹਾਲਾਤ ਦੇਖ ਲਓ, ਇਹਦੀ ਪਿੱਕ ਦੇਖ ਲਓ, ਅਤੇ ਉਸ ਤੋਂ ਬਾਅਦ ਇਹਦੀ ਹੋਣ ਵਾਲੀ ਪਿੱਕ ਦੇਖ ਲਓ ਕਿ ਇਹ ਕਿੰਨਾ ਬਦਲਾਵ ਹੋਇਆ ਹੋਇਆ ਜੀ, ਠੀਕ ਹੈ ਜੀ। ਮਤਲਬ ਤੁਹਾਡੇ ਕਹਿਣ ਦਾ ਕਿ ਉਹ ਚੰਗੀ ਤਰ੍ਹਾਂ ਇਹਨਾਂ ਦਾ ਧਿਆਨ ਨਹੀਂ ਰੱਖਦੇ? ਨਹੀਂ ਰੱਖਦੇ ਸੀ, ਤੁਸੀਂ ਕਲੀਅਰ ਪਤਾ ਲੱਗਦਾ, ਤੁਸੀਂ ਪਿੱਕ ਦੇਖ ਲਓ ਇਹਦੀ, ਉਦੋਂ ਵਾਲੀ ਪਿੱਕ ਦੇਖ ਲਓ ਅਤੇ ਹੁਣ ਵਾਲੀ ਦੇਖ ਲਓ, ਤੁਹਾਨੂੰ ਆਪੇ ਹੀ ਤੁਹਾਨੂੰ ਪਤਾ ਲੱਗ ਜਾਣਾ ਕਿ ਇਹਦਾ ਕਿੰਨਾ ਕੁ ਧਿਆਨ ਰੱਖਿਆ ਜਾਂਦਾ ਸੀ ਘਰੇ ਜੀ ਜੀ, ਘਰਦਿਆਂ ਵੱਲੋਂ। ਆਪਾਂ ਨੂੰ ਇਹ ਚੀਜ਼ ਕਲੀਅਰ ਹੋ ਸਕਦੀ ਆ ਕਿ ਜਾਂ ਤੁਸੀਂ ਪਿੱਕ ਦੇਖ ਲਵੋ ਉਦੋਂ ਵਾਲੀ ਅਤੇ ਹੁਣ ਵਾਲੀ ਜੀ। ਮੈਂ ਤੁਹਾਡੇ ਨਾਲ ਗੱਲ ਕਰਦਾ ਕਿ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਸਤਵਿੰਦਰ ਸਿੰਘ ਸੱਤਾ ਦਾ ਕੋਲੇ ਕੁਛ ਵੀ ਨਹੀਂ ਗਾ, ਉਹਨਾਂ ਨੇ ਫੇਸਬੁੱਕ 'ਤੇ ਉਹਨਾਂ ਨੂੰ ਮਿਲੇ ਰਣਜੋਤ ਕੌਰ ਨੂੰ, ਮੇਰੀ ਵਾਈਫ ਨੂੰ, ਉੱਥੋਂ ਉਹਨਾਂ ਨੇ ਜੀ ਉਹਨਾਂ ਨੂੰ ਭਰਮਾਇਆ ਕਿ ਮੇਰੇ ਕੋਲ ਆਹ ਵਾ, ਮੇਰੇ ਕੋਲ ਇੰਨੀ ਜ਼ਮੀਨ ਆ, ਮੇਰੇ ਕੋਲ ਗੱਡੀਆਂ ਨੇ, ਹਾਂਜੀ, ਅਤੇ ਪਰ ਜਦੋਂ ਉਹ ਕਹਿੰਦੇ ਅਸੀਂ ਪਤਾ ਕੀਤਾ ਤਾਂ ਉਹਦੇ ਕੋਲ ਕੁਛ ਵੀ ਨਹੀਂ ਗਾ, ਕਿ ਉਹਨਾਂ ਦਾ ਇੱਥੇ ਤੱਕ ਵੀ ਦੋਸ਼ ਆ ਕਿ ਸਤਵਿੰਦਰ ਸਿੰਘ ਸੱਤੇ ਦੇ ਜਿਹੜੇ ਚਾਚਾ ਜੀ ਦਾ ਲੜਕਾ, ਉਹਨੇ ਸਾਨੂੰ ਸਾਰਾ ਕੁਛ ਦੱਸਿਆ। ਉਹ ਪਤਾ ਕੀ ਚੱਕਰ ਆ ਜੀ, ਮੈਂ ਤੁਹਾਨੂੰ ਦੱਸਦਾ, ਕਿਸੇ ਦੇ ਦੱਸਣ ਦੇ ਕਾਰਨ ਕੋਈ ਵੀ ਚੀਜ਼ ਹੋ ਨਹੀਂ ਸਕਦੀ ਜੀ। ਚਲੋ ਜਦੋਂ ਉਹ ਚੀਜ਼ ਸਾਹਮਣੇ ਆਊਗੀ ਨਾ ਚਾਚੇ ਵਾਲੀ, ਉਹ ਆਪਾਂ ਦੇਖਾਂਗੇ ਉਹਦੇ ਲੜਕਾ ਕੀ ਕਹਿ ਰਿਹਾ ਵਾ ਜੀ। ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ, ਮੇਰੇ ਫਰੈਂਡਲੀ ਜਾਣਦੇ ਆ, ਜੋ ਮੇਰੇ ਘਰੇ ਆਇਆ ਉਹ ਜਾਣਦੇ ਆ, ਠੀਕ ਹੈ ਜੀ। 15 ਸਾਲ ਹੋ ਗਏ ਸਾਡਾ ਘਰ ਪਾਏ ਨੂੰ, ਵਿਦ ਮਤਲਬ ਘਰੇ ਸਾਡੇ ਚਿਪਸ ਲੱਗੀ ਆ ਸਾਰੇ ਘਰ 'ਚ, ਜਿੱਦਾਂ ਕਹਿ ਸਕਦੇ ਹਾਂ ਵੀ ਜਿੱਦਾਂ ਦਾ ਘਰ ਨੋਰਮਲ ਹੁੰਦਾ, ਮੈਂ ਬਹੁਤਾ ਵਧੀਆ ਵੀ ਨਹੀਂ ਕਹਿ ਸਕਦਾ, ਪਰ ਠੀਕ ਆ ਜੀ, ਕੀਤਾ ਹੋਇਆ ਉਹਨਾਂ ਨਾਲੋਂ ਤਾਂ ਹਲੇ ਵੀ ਘਰ ਚੰਗਾ ਉਸ ਇਨਸਾਨ ਨਾਲੋਂ ਸ਼ਾਇਦ, ਕਿਉਂ ਕਹਿ ਰਿਹਾ ਸੀਗਾ ਨਾ ਕਿ ਉਹ ਪ੍ਰਾਪਰਟੀ ਦੇ ਲਾਲਚ ਨੂੰ ਲੈ ਗਏ ਜੀ, ਪ੍ਰਾਪਰਟੀ ਦੇ ਲਾਲਚ ਨੂੰ, ਪ੍ਰਾਪਰਟੀ ਦੇ ਲਾਲਚ ਨੂੰ ਲੈ ਗਏ ਜੀ। ਮੈਂ ਤੁਹਾਨੂੰ ਇੱਕ ਕਲੀਅਰ ਕਰਦੀ ਕਰਨੀ ਚਾਹੁੰਦਾ ਸਭ ਦੇ ਸਾਹਮਣੇ, ਪ੍ਰਾਪਰਟੀ ਹੈ ਨਹੀਂ, ਫਿਰ ਉਹ ਕਹਿ ਰਹੇ ਨੇ ਪ੍ਰਾਪਰਟੀ ਦੇ ਲਾਲਚ ਨੂੰ, ਮੈਂ ਤੁਹਾਨੂੰ ਬਿਲਕੁਲ ਅਸੀਂ ਇਸੇ ਕਰਕੇ ਪੁੱਛਿਆ ਜੀ, ਉਹ ਹਾਂਜੀ ਇਹ ਵੀ ਕੁਝ ਕਹਿੰਦੇ ਆ ਨਾ ਇਹ ਚੀਜ਼ਾਂ, ਮੈਂ ਇੱਕ ਪਾਸੇ ਕਹਿੰਦੇ ਨੇ ਪ੍ਰਾਪਰਟੀ ਹੈ ਨਹੀਂ ਜੀ, ਦੂਸਰੇ ਪਾਸੇ ਕਹਿੰਦੇ ਨੇ ਜੀ ਉਹ ਪ੍ਰਾਪਰਟੀ ਦੇ ਲਾਲਚ ਨੂੰ ਲੈ ਗਏ। ਮੈਂ ਤੁਹਾਡੇ ਨਾਲ ਗੱਲ ਕਲੀਅਰ ਇਸੇ ਕਰਕੇ ਕੀਤੀ ਆ ਜੀ, ਕੁਝ ਵੀ ਚੀਜ਼ਾਂ ਨਾ ਜੀ ਮੈਂ ਤੁਹਾਨੂੰ ਇੱਕ ਕਲੀਅਰ ਕਰਨੀ ਚਾਹੁੰਦਾ,
भी मेरे को 1800 गज जगह पई आ जिंद प्रोपर जैटरी तुम देख सकते हैं मैं खड़ा वा जो इंसान तो खरीदी है मैं वह नाम नहीं दसना चाहता ठीक है जी तो यह इंसान सारे मैं किसी को भी करनी चाहना भी आह जैटरी है मेरे को ठीक है देख सकते हैं भी 1800 गज की जगह की मेरे को जैटरी आ कि जी ना के नाम आप घट तो घट भी कह सकते हैं 50-60 लाख की कीमत वो अच्छ हैगी मैं अच्छ पा सकता कि मेरे नाम आई ये किसी की मैं दिखा नहीं रहा ठीक है जी ये टोटली देख सकते हैं तो जी भी चीज़ आप पढ़ सकते हैं ठीक है जी आ मेरे को मतलब ये थोड़ा दिखा रहा तुम देख लो ये भी मेरी सारी यह मतलब प्रॉप जी मेरी जगह लई हुई है आप एक जैटरी नहीं कह सकते मैं कई दिखा सकता वो इंसान कहते हैं भी ये को है नहीं है ना कुछ ठीक है जी तुम ये मैं प्रूफ कर मेरे को एक जैटरी नहीं मैं कई दिखा सकता देखो जी जी चीज कह रहा है ना तो उस तो बाद एक दसना चाहना घट तो घट भी मेरा 25-30 लाख का घर हाले है जी जी जो कह रहे ना ये को घर नहीं है तो बाकी थोड़ा मैं दसता कम से कम मैं थोड़ा एक चीज़ करनी चाहना भी जड़िया आप चीज़ा ना 3.5 लाख रुपया 3,30,000 की जी मैं होर ली आ ठीक है जी जी मैं होर ली आ कि उस समय च लई सी मैं मतलब 11 दे विच लई सी तुसीं उहदी कीमत अज देख सकते हैं भी वह किन्नी हो सकती है ठीक है जी दर्शकों जी इंसान कह रहे थे ना मेरे से तूं तला रहे थे भी ये कोई गड्डिया नहीं वो मेरी प्रॉब्लम नहीं कह सकते मेरे यार जिदा चंगे से जिन्होंने अज तक मैंने लोड़ नहीं वो चीज़ की पाई मैनू घरों लैके जाते रहे घरें छड़ते रहे ठीक है जी जो मेरे को प्रॉपर्टी हो सकती है ना 60-70 लाख की प्रॉपर्टी हो सकती है तो मैं 10-15 लाख की गड्डी भी ले सकता बिल्कुल ठीक है जी कुछ मजबूरिया ला लो भी मैं मेरा मन ला लो वो चीज़ मैं नहीं करनी चाहिए कि मैं गड्डी के पैसे लाऊंगा वो मेरे वेस्ट जाएंगे जी ठीक है क्योंकि जड़िया जैटरियां मैं दिखाई हैं तो आप क्लीयर मान सकते हैं ना जी ये कोई झूठ नहीं है वो इंसानों मैं ये दसना चाहना भी किसी भी किसी इंसान माड़ा बनाने तो पहला ना वो जज किया जाए भी वो सही इदा का है ठीक है जी मैं थोड़ा एक क्लीयर करनी चाहना चीज़ भी जिन्ना क मेरे तो होया मैं थोड़ा सारा प्रूफ करता तो करना चाहना हाले होर चीज़ा एक दसना चाहना भी जड़िया चीज़ा मैं नहीं दिखा सकता भी हाँ आ पईया सारिया हाले मेरे को जो मर्जी मैं देख सकते दिखा भी सकता जिन्हों भी चाहूगा मैं उन्होंने आ चीज़ा दिखा सकता सारिया थोड़े सामने पईया ठीक है जी जड़िया मैं कर रहा वा तो ठीक है जी सो इतने मैं रोकदा भीर जी असी इस चीज़ के लिए किसी को क्लैरिफिकेशन नहीं दे रहे असी इन्हां तो कोई इदां दी मंग नहीं कर रहे कि इदां दा होना चाहिदा तुहाडे कोल हैगा जां नहीं ये सारा काम आ जिहड़ा ऑन प्रोसैस इनकुआरी पुलिस दी आ जां ये काम कोर्ट दा वा उन्हां ने की फैसला करना वा विशा इत्थे ये सी कि एक बंदे वालों उत्तमजीत सिंह वालों दोष लाया जांदा सतविंदर सिंह दे करैक्टर दे उत्ते ते अपने जिहड़ी रणजोत कौर आ उन्हां दे करैक्टर दे उत्ते दर्शकां दे सामने इन्हां नूं लिआउण दा कारण ये सी कि जे किसी का करैक्टर असी किसी का गलत बनाने तो समाज के उन्होंने रहना होंदा उन्होंने जीना बहुत औखा हो जाएगा इस करके इन्हे प्रति जिहड़ियां भी गल्लां उन्होंने कही ने उन्होंने इन्होंने ऑन रिकॉर्ड हुण जवाब दिता वा आने वाले समय के जिहड़ी कंप्लेट आ वह उत्तमजीत सिंह वालों भी अपने दिती हुई है वूमेन सैल तो थाने संबंध के इन्हों वालों भी दिती गई है जो भी फैसला होगा वह पुलिस जो असी SHO साहब नाल गल कर की आ तो उन्हों का कहना कि ये इनकुआरी का विशा असी इनकुआरी कर रहे हैं जो भी दोषी होगा उन्होंने बनती सज़ा दिती जाऊगी सो असी आने वाले समय के दे देखिए कि तुम इन्हों मैरिज करवाओगे बिल्कुल जी बिल्कुल तो कोल ही रह रहे हैं मतलब तुम इन्हों मैरिज करवानी है हाँ जी ये मेरे एक गल कह रहे भी हम जिदा मैं तुम्हें दसिया भी फ्रेंड के तौर पर मैं भी केयर कर रहा इन्हों की जो भी ये प्रॉब्लम ना सानू करते ये घरदे ने यह सारी की हुई आ किसी ने कोई लालच दे के खड़ा किया गया वा जी ठीक है वो इंसान मेरे बारे कुछ नहीं जानता ना वो मैनू जानता सी ना अज तक वो मेरे घर बारे जानता उन्होंने दसिया गया इदा दी चीज़ा तो वो तो घुवाइया गई ठीक है जी पर इन्होंने ये चीज़ का मैंने एक डिक्का लाने की कोशिश की है मैनू ला लो इनू ला लो साड़ी जिंदगी खराब करने की कोशिश की है इन्होंने वो इंसान एक गल होर क्लीयर है जी थोनों कहते पे ना ये उन्होंने क्लीयर करो गल् कुछ जीडिया उन्होंने मेरे से कही मैं कुछ करती हाँ तो कुछ आने वाले समय से कर दूंगा जी ठीक है तुहानू करनी चाहिए कंप्लेट जे तुहाडे करैक्टर दे उत्ते कोई उंगल चकदा उसकी बनती कार्रवाई कराने के लिए तुम अपने वालों शिकायत कर सकते हो साडे देश दे विच कानून आ साडे देश दे विच पुलिस आ जिहड़ी इंसाफ दवा सकती आ तुसीं उन्हां दे नाल गल करके उन्हां दी कंप्लेट करके उन्हां दा जिहड़ा कहना वा उन्हां गल्लां दे उत्ते उन्हां दा स्पष्टीकरण लै सकदे हो बिल्कुल साडा तुहानू सामने लैके आउण दा सिर्फ यही मकसद सीगा कि जे उन्होंने कुछ गल्लां कहियां ने तुसीं अपना पक्ष जरूर रखो क्योंकि एक पक्ष रख के तुहानू भी जीना जिंदगी दुनिया दे विच औखा हो जाना सीगा हाँ जी सो दर्शकों इत्थे मैं दसना चाहुंदा कि ये उही सतविंदर सिंह सत्ता जी ते रणजोत कौर ने जिन्हां दा
चार तीन या चार दिन पहला जी जी वैसे टोटली मैनू मेरे फ्रेंड सर्कल च जिदा भी दुनिया के मैं जानते हैं तो मैं सत्ता तरह ये नाते जानते हैं ठीक है पिंड मेरा तलवंडी कला वा जी किसी भी चीज़ से मैं सर्च मार के देख लो इदा आपे पता लग जूगा मेरे काम किदा दे जी ठीक है जी वो तो हर एक इंसान जज कर सकता भी ये इंसान नशे वाला वा ज इंसान किदा का वा ठीक है जी ये टोटली मैं सबनों ये गल दसनी चाहना भी उन्हें बहुत ही घटिया गल की है मेरे ते इदा दी उंगलां ठा के भी मैं जो बनती कार्रवाई वो तो जरूर जिनी हुई करूँगा जी इन्हों का कहना कि मैं कानूनी कार्रवाई जी करूँगा करनी भी चाहिए आ किसी के करैक्टर के उत्ते उंगल चक्कण का किसी भी हक नहीं जे अपनी जगह तो वह सही होणगे उन्हां कोले कोई डॉक्यूमेंट इदा के होणगे जो उन्हां दे हक च होणगे तो वह कोर्ट फैसला करेगी जे इन्हां दे कोले कोई इदा का डॉक्यूमेंट होएगा जो इन्हां दे हक विच होएगा वह कोर्ट का फैसला आने वाले समय के देखांगे कि प्रशासन तो कोर्ट आ जिहड़ा वह किस दे हक दे विच फैसला सुनाउंदा कैमरामैन नीरज कुमार के नाल तरलोचन सिंह की रिपोर्ट प्राइम उदे लुधियाना।